ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਿ ਦਿਖਲਾਵੇ ਕੋਈ ਆਵੇ ਸੰਤੋ ਰਾਜਮੰਦਰੀ ਜੇਲ੍ਹ ਵਿੱਚ ਅਸੀਂ ਪੰਜ ਸੱਜਣ ਮਦਰਾਸ ਦੇ ਜਵਾਰ ਭਾਟੇ ਦੀ ਸੈਰ ਕਰਕੇ ਮੋੜ ਰਾਜਮੰਦਰੀ ਜਾ ਪਹੁੰਚੇ ਲੈ ਜਾਣ ਵਾਲੇ ਐਤਕੀ ਦੇ ਗੋਰੇ ਪੁਲਿਸ ਅਫਸਰ ਨੇ ਹੱਥੀਂ ਸ਼ਾਮਾਂ ਕੀਤੀਆਂ ਖਾਲਸੇ ਦੀ ਖੁਸ਼ਨੂਦੀ ਮਜ਼ਾਜ ਹਰ ਸਟੇਸ਼ਨ ਤੇ ਪੁੱਛਦਾ ਆ ਰਾਜਮੰਦਰੀ ਸਟੇਸ਼ਨ ਤੋਂ ਤਾਰ ਕੇ ਸਾਨੂੰ ਗੁਦਾਵਰੀ ਦਾ ਖੁੱਲਾ ਇਸ਼ਨਾਨ ਕਰਾਇਆ ਕਿਉਂਕਿ ਰਾਜਮੰਦਰੀ ਉੱਤਰਧਿਆਨੂ ਪ੍ਰਵਾਤ ਹੋ ਗਈ ਸੀ ਇਸ਼ਨਾਨ ਕਰਾ ਕੇ ਸਾਨੂੰ ਪੁਲਿਸ ਦੇ ਡਾਕ ਬੰਗਲੇ ਤੇ ਲੈ ਗਿਆ ਉੱਥੇ ਪਹੁੰਚ ਕੇ ਅਸੀਂ ਨਤਨੇਮ ਬਾਣੀ ਦਾ ਪਾਠ ਕੀਤਾ ਨਤਨੇਮ ਤੋਂ ਫਰਗ ਹੋਣ ਸਾਰ ਹੀ ਸਾਨੂੰ ਗਫੇ ਸਜਾਉਣ ਲਈ ਨਿਯੋਦਾ ਦਿੱਤਾ ਗਿਆ ਸਭ ਸਾਜ ਸਮਾਨ ਰਾਸ਼ਨ ਦਾ ਆਣ ਮੌਜੂਦ ਕੀਤਾ ਪਕੀਆਂ ਰਸਦਾਂ ਛੀਦ ਦੀ ਦੇਗਾਂ ਦੇ ਸਭ ਸਮਿਆਂਨ ਹਾਜ਼ਰ ਕੀਤੇ ਫਲ ਫਲੋਹਾਰ ਸਰਖਿੰਡੀ ਸਮੁੰਦਰ ਬਰਫ਼ ਲਸੋਨੇ ਜੋ ਚਾਹੋ ਸੋ ਬਣਾਓ ਗੱਲ ਕੀਤੀ ਬੜੀ ਹੀ ਖਾਤਰਤ ਵਸਜਾ ਕੀਤੀ ਗਈ ਤੇ ਪੂਰਾ ਘਰ ਵਾਲਾ ਸਲੂਕ ਕੀਤਾ ਗਿਆ ਹਰ ਪ੍ਰਕਾਰ ਸੰਤੁਸ਼ਟ ਹੋ ਕੇ ਤੇ ਮਨ ਪੌਂਦਾ ਵਿਸ਼ਰਾਮ ਕਰਕੇ ਰਾਜਮੰਦਰੀ ਜੇਲ੍ਹ ਵੱਲ ਇੱਕ ਬੈਲਗੱਡੀ ਤੇ ਸਵਾਰ ਹੋ ਕੇ ਖਾਲਸੇ ਨੇ ਕੰਮਰ ਕੱਸੇ ਕਰ ਦਿੱਤੇ ਪੁਲਿਸ ਸਿਪਾਹੀ ਅਤੇ ਪੁਲਿਸ ਅਫਸਰ ਗੋਰਾ ਪੈਦਲ ਖਾਲਸੇ ਦੇ ਹਮਰਕਾਬ ਆ ਰਹੇ ਸਨ ਰਸਤੇ ਵਿੱਚ ਰਾਜਮੰਦਰੀ ਦੇ ਦੇਸ਼ ਭਗਤਾਂ ਨੂੰ ਪਤਾ ਲੱਗਿਆ ਤਾਂ ਇਕੱਠ ਕਰਕੇ ਆਣ ਉਦਾਲੇ ਹੋਏ ਗੋਰੇ ਅਫਸਰ ਨੇ ਬਿਨੇ ਕਰ ਆਖਿਆ ਕਿ ਦਰਸ਼ਨ ਮੇਲੇ ਕਰ ਵਾਰੋ ਵਾਰੀ ਚੱਲਦੇ ਲੱਗੋ ਪਰ ਉਸ ਦੇ ਕਹੇ ਉਹ ਕਦੋਂ ਹਟਦੇ ਸਨ ਸਾਡੇ ਖੁਦ ਵਰਜਣ ਤੇ ਵਰਜ ਰਹਾਏ ਨਹੀਂ ਤਾਂ ਤੌਰ ਜੇਲ ਫਟਕ ਤਾਂ ਹੀ ਨਾਲ ਹੀ ਜਾਂਦੇ ਇੱਕ ਅਜੀਬ ਘਟਨਾ ਜਦੋਂ ਅਦਵਚਾਲੇ ਆਏ ਤਾਂ ਸੰਗਣੇ ਬਗੀਚੇ ਵਿੱਚੋਂ ਇੱਕ ਜੋਸ਼ੀਲਾ ਮਦਰਾਸੀ ਦੌੜਿਆ ਆਉਂਦਾ ਨਜ਼ਰ ਪਿਆ ਅਸੀਂ ਸਾਰਿਆਂ ਬੈਲ ਗੱਡੀ ਵਿੱਚ ਬੈਠਿਆਂ ਪਿੱਛੇ ਨੂੰ ਝਾਤੀ ਮਾਰੀ ਤਾਂ ਕੀ ਦੇਖਦੇ ਹਾਂ ਕਿ ਉਹ ਜੋਸ਼ੀਲਾ ਜਵਾਨ ਬੜੇ ਰੋਵ ਵਿੱਚ ਧਾਈ ਕਰੀ ਚੱਲਿਆ ਆ ਰਿਹਾ ਹੈ ਉਸਦੇ ਹੱਥ ਵਿੱਚ ਸ਼ੁਰਾਪੀ ਹੈ ਬੜਾ ਤੇਜ਼ ਤੇ ਚਮਕਦਾਰ ਹਥਿਆਰ ਨੰਗਾ ਕਰੀ ਅਤੇ ਉਹ ਭਾਰੀ ਗੋਰੇ ਅਫਸਰ ਦੀ ਗਰਦਨ ਤੇ ਸਵਾਰ ਹੁੰਦਾ ਹੋਇਆ ਆ ਰਿਹਾ ਹੈ ਉਸ ਦੇ ਗਜ਼ਬਨਾਕ ਵਤੀਰੇ ਤੋਂ ਇਉਂ ਪ੍ਰਤੀਤ ਹੁੰਦਾ ਸੀ ਕਿ ਇਹ ਇੱਕ ਸ਼ੈਨਪਾਲ ਵਿੱਚ ਹੀ ਗੋਰੇ ਦਾ ਕੰਮ ਤਮਾਮ ਕਰ ਦੇਵੇਗਾ ਗੋਰੇ ਅਫਸਰ ਆਪਣੇ ਖਿਆਲ ਵਿੱਚ ਹੀ ਦਵਾਦਬ ਤੁਰਿਆ ਜਾ ਰਿਹਾ ਸੀ ਉਸ ਨੂੰ ਰੰਚਿਕ ਵੀ ਖਬਰ ਨਹੀਂ ਸੀ ਕਿ ਉਸ ਦੇ ਸਿਰ ਤੇ ਕਹਿਰ ਵਰਤਨ ਵਾਲਾ ਹੈ ਦੇਵ ਨੇ ਤੇ ਸਾਡੀ ਨਿਗਾਹ ਐਨ ਵੇਲੇ ਸਰ ਇਸ ਚਾ ਕੇਵਲ ਪੈ ਗਈ ਨਹੀਂ ਤਾਂ ਇਹ ਸਾਕਾ ਜ਼ਰੂਰ ਵੱਤ ਜਾਣਾ ਸੀ ਐਨ ਉਸ ਸ਼ੈਨ ਉਸ ਜਹਾਦੀ ਦੀ ਨਜ਼ਰਦਾਸ ਦੀ ਨਜ਼ਰ ਨਾਲ ਲੜ ਗਈ ਦਾਸ ਨੇ ਤਤਸ਼ਨ ਦੋਵੇਂ ਹੱਥ ਜੋੜ ਕੇ ਉਸ ਨੂੰ ਸਿਰ ਹਿਲਾਵੇਂ ਇਸ਼ਾਰੇ ਨਾਲ ਇਸ ਹਰਕਤ ਵੱਲੋਂ ਰੋਕਿਆ ਤੇ ਨਾਲ ਦੇ ਚੌਹ ਸਾਥੀਆਂ ਨੂੰ ਵੀ ਦਾਸ ਨੇ ਗੁਪਤੋ-ਗੁਪਤੀ ਪ੍ਰੇਰਣਾ ਇਹ ਕੀਤੀ ਕਿ ਉਹ ਵੀ ਹੱਥ ਜੋੜਨ ਤੇ ਉਸ ਨੂੰ ਇਸਕਾਰੇ ਤੋਂ ਰੁਕਣ ਸੋ ਸਾਰਿਆਂ ਨੇ ਤਤਸ਼ਨ ਇੱਕੇ ਵਾਰ ਹੱਥ ਜੋੜ ਕੇ ਉਸ ਨੂੰ ਪਛਾਹਣ ਪਰਤਣ ਲਈ ਗੋਜ ਇਸ਼ਾਰੇ ਕੀਤੇ ਉਹ ਸਾਡੇ ਇਹਨਾਂ ਇਸ਼ਾਰਿਆਂ ਤੋਂ ਮਤਾਸਰ ਹੋ ਕੇ ਪਿੱਛੇ हट ਗਿਆ ਅਤੇ ਸ਼ੁਰੂ ਆਪਣੀ ਬਗਲ ਵਿੱਚ ਦਵਾ ਕੇ ਸੜਕ ਕਿਨਾਰੇ ਹੋ ਸੰਘਣੇ ਬਣ ਵਿੱਚ ਜਾ ਵੜਿਆ ਜਾਂਦਾ ਜਾਂਦਾ ਹੱਸ ਕੇ ਸਾਨੂੰ ਨਮਸਕਾਰ ਵੀ ਕਰ ਗਿਆ ਇਹ ਸਾਰੇ ਵਰਤਾਂਤ ਵਰਤਾਰੇ ਦਾ ਉਸ ਗੋਰੇ ਅਫਸਰ ਨੂੰ ਮਾਸਾ ਵੀ ਪਤਾ ਨਹੀਂ ਲੱਗਾ ਤੇ ਨਾ ਹੀ ਸਪਾਈਆਂ ਨੂੰ ਗਮੇ ਹੋਇਆ ਕਿ ਅਚਿੰਤੇ ਬਾਜ ਪੈਂਦੇ ਪੈਂਦੇ ਕਿਵੇਂ ਰਹਿ ਗਏ ਅਸੀਂ ਵੀ ਕਰਤਾਰ ਦਾ ਹਜ਼ਾਰ ਹਜ਼ਾਰ ਸ਼ੁਕਰ ਕੀਤਾ ਜਿਸ ਨੇ ਨਾ ਹੱਕ ਖੂਨ ਖਰਾਬੇ ਤੋਂ ਖੈਰ guzari ਉਥੋਂ ਜੇਲ ਵੀ ਨੇੜੇ ਹੀ ਰਹਿ ਗਈ ਸੀ ਲਈਏ ਦਈਏ ਵਾਹੋ ਦਾ ਹੀ ਜੇਲ ਗੇਟ ਦੇ ਸਿਰ ਤੇ ਜਾ ਹੀ ਪਹੁੰਚੇ ਰਾਜਮੰਦਰੀ ਜੇਲ੍ਹ ਦੇ ਸਮਾਚਾਰ ਜਾਣਸਰ ਅਸੀਂ ਬੜਾ ਸ਼ਰਮਸ਼ਾਰ ਹੋਣ ਵਾਲਾ ਨਜ਼ਾਰਾ ਦੇਖਿਆ ਜੇਲ੍ਹ ਗੇਟੋਂ ਬਾਹਰ ਬਾਹਰਲੀ ਕਮਾਣ ਵਿੱਚ ਕੰਮ ਕਰਨ ਜਾਣ ਵਾਲੇ ਕੈਦੀ ਕਾਲੇ ਤੂਸ ਰੰਗ ਵਾਲੇ ਨੰਗ ਮਲੰਗ ਬੇਪਰਦ ਖੜੇ ਕੀਤੇ ਹੋਏ ਹਨ ਉਹਨਾਂ ਦੇ ਤੇੜ ਦੀਆਂ ਲੰਗੋਟੀਆਂ ਵੀ ਲਹਾਈਆਂ ਹੋਈਆਂ ਹਨ ਜਰਵਾਣੇ ਉਹਨਾਂ ਦੀ ਬੜੀ ਬੇਹਈ ਨਾਲ ਤਲਾਸ਼ੀ ਲੈ ਰਹੇ ਹਨ ਇਹ ਭਿਆਨਕ ਨਜ਼ਾਰਾ 8 ਸਾਲ ਪਹਿਲਾਂ ਦਾਸ ਨੇ ਬਾਹਰ ਹੁੰਦਿਆਂ ਸੁਪਰੰਤਰ ਝਾਕੀ ਵਿੱਚ ਦੇਖਿਆ ਸੀ ਜੋ ਅੱਜ ਪ੍ਰਤੱਖ ਹੋ ਗਿਆ ਜੇਲ੍ਹ ਦੇ ਇਹ ਬੇਵਕਤੀ ਨਜ਼ਾਰੇ ਦੇਖੋ ਕਿਵੇਂ 8 ਸਾਲ ਪਹਿਲਾਂ ਹੀ ਬਾਣੇ ਅੰਦਰ ਦ੍ਰਿਸ਼ਟੀ ਗੁਚਰ ਹੋਏ ਚਾਹੇ ਸੁਪਨ ਸਰਖੇ ਹੀ ਹੋਏ ਪਰ ਇਹਨਾਂ ਦੇ ਪ੍ਰਤੱਖ ਹੋਣ ਵਿੱਚ ਕਸਰ ਬਾਕੀ ਨਾ ਰਹੀ ਅੰਦਰ ਜਾਣ ਵਾਲਿਆਂ ਦੀ ਵੀ ਅਤੇ ਅੰਦਰੋਂ ਬਾਹਰ ਆਉਣ ਵਾਲੇ ਕੈਦੀਆਂ ਦੀ ਇਸ ਜਿਲਦ ਭਰੀ ਖਵਾਰੀ ਨਾਲ ਤਲਾਸ਼ੀ ਲਈ ਜਾਂਦੀ ਸੀ ਅਸੀਂ ਗੁਰੂ ਆਸਰੇ ਚੜ੍ਹਦੀਆਂ ਕਲਾਂ ਵਿੱਚ ਨੇ ਧੜਕ ਅੰਦਰ ਜਾਵੜੇ ਸਾਡੀ ਵੱਲ ਕਿਸੇ ਅੱਖ ਪਰ ਕੇ ਵੀ ਨਹੀਂ ਚੱਕਿਆ ਸਾਡੀਆਂ ਪੁਸਤਕਾਂ ਦੇ ਬੰਡਲ ਬਸਤਰ ਬਿਸਤਰੀ ਸਭ ਸਰਕਾਰੀ ਸਪਾਹੀਆਂ ਦੇ ਮੋਢਿਆਂ ਤੇ ਲੱਦੇ ਹੋਏ ਸਨ ਅਸੀਂ ਤਾਂ ਸਜੇ ਸਜਾਈ ਖਾਲਸਾਈ ਬਾਣਿਆਂ ਵਿੱਚ ਅੰਦਰ ਜਾ ਵਾਰਦ ਹੋਏ ਜੇਲ੍ਹ ਕਰਮਚਾਰੀ ਸਾਡੇ ਚਿਹਰਿਆਂ ਵੱਲ ਬਿੱਤਰ ਬਿੱਤਰ ਝਾਕਣ ਬਿਰ ਬਿਰ ਤੱਕਣ ਬੋਲ ਨਾ ਸਕਣ ਜੇਲ੍ਹ ਦੇ ਸੈਂਟਰ ਵਿੱਚ ਹੀ ਜੇਲਰ ਦਾ ਦਫ਼ਤਰ ਸੀ ਤੇ ਉੱਪਰਲੀ ਮੰਜ਼ਲ ਵਿੱਚ ਸੁਪਰਡੈਂਟ ਦਾ ਆਫਿਸ ਸੀ ਸਾਨੂੰ ਹੇਠਲੇ ਬਰਾਂਡੇ ਵਿੱਚ ਜਾ ਬਿਠਾਇਆ ਅਸੀਂ ਬੈਂਚਾਂ ਮਲ ਲਈਆਂ ਉੱਥੇ ਦਾ ਚੀਫ ਹੈਡਵਾਰਡਰ ਹੈਰਾਨ ਹੋਇਆ ਸਾਡੇ ਵੱਲ ਤੱਕੀ ਜਾਵੇ ਜੇਲ੍ਹ ਦੇ ਦਸਤੂਰ ਅਨੁਸਾਰ ਸਾਡੇ ਵਾਸਤੇ ਪੰਜ ਵਰਦੀਆਂ, ਬਰਤਨ ਤੇ ਬਿਸਤਰੇ ਆ ਗਏ। ਜਿਨ੍ਹਾਂ ਨੂੰ ਵੇਖ ਕੇ ਅਸੀਂ ਹੈਰਾਨ ਹੋ ਗਏ। ਅਤੇ ਖਾਲਸਾਈ ਬੋਲਿਆਂ ਵਿੱਚ ਹੀ ਤਾਬੜ ਤੋੜ। ਮਤੇ ਸੋਧ ਲੈ ਕਿ ਇੱਥੇ ਤਾਂ ਸਖਤ ਮੋਰਚੇ ਲਾਉਣੇ ਪੈਣਗੇ। ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਮਦਰਾਸ ਜੇਲ੍ਹ ਦੇ ਕਾਨੂੰਨ ਅਨੁਸਾਰ ਹਰ ਕੈਦੀ ਨੂੰ ਵਰਦੀ ਤੇ ਬਿਸਤਰੇ ਹੇਠ ਲਿਖੇ ਅਨੁਸਾਰ ਮਿਲਦੇ ਹਨ। ਵਰਦੀ, ਟੜਾਗੀ, ਭਾਵਕਪੀਨ, ਇੱਕ ਨਿੱਕਰ, ਇੱਕ ਕੁਰਤਾ ਅਤੇ ਟੋਪੀ, ਇੱਕ ਰੁਮਾਲ, ਪਾਂਡੇ ਤੋਂ ਮਿੱਟੀ ਦੇ ਇੱਕ ਕੁਜਾ। ਜਿਵੇਂ ਚ ਇੱਕ ਸੇਰ ਕੱਚਾ ਪਾਣੀ ਪਿਆ ਜਾਵੇ ਇੱਕ ਖਾਸ ਨਮੂਨੇ ਦਾ ਹਰ ਇੱਕ ਨੂੰ ਇੱਕੋ ਸਾਈਜ਼ ਦਾ ਮਿਲਦਾ ਸੀ ਤੇ ਦੂਜਾ ਇੱਕ ਪਿਆਲਾ ਜਿਸ ਨੂੰ ਚਿਪਾ ਬੋਲਦੇ ਸਨ ਬਿਸਤਰਾ ਇੱਕ ਮੁੰਜ ਦੀ ਪੱਟੀ ਤੇ ਇੱਕ ਕੰਬਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੰਜਾਬ ਦਸਤੂਰ ਦੇ ਉਲਟ ਤੇ ਖਾਸ ਕਰਕੇ ਸਿੱਖੀ ਊਸੂਲਾਂ ਅਵਰਤ ਸਮਝ ਕੇ ਅਸੀਂ ਪਹਿਲਾਂ ਹੱਥ ਮਿੱਟੀ ਦੇ ਭਾਂਡਿਆਂ ਉੱਤੇ ਹੀ ਉਠਾਇਆ ਸਾਰਿਆਂ ਨੇ ਇੱਕ ਹੱਥ ਵਿੱਚ ਕੁੱਜਾ ਤੇ ਦੂਜੇ ਵਿੱਚ ਪਿਆਲਾ ਫੜ ਕੇ ਜ਼ੋਰ ਨਾਲ ਪੱਕੇ ਫਰਸ਼ ਤੇ ਪਟਕਾ ਮਾਰਿਆ ਅਤੇ ਕੜਾਕਾ ਪੈਨਦੇ ਸਾਰ ਹੀ ਅਸੀਂ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾ ਦਿੱਤਾ ਪਾਂਡੇ ਤੋੜਨ ਤੇ ਜੈਕਾਰਾ ਗਜਾਉਣ ਦਾ ਨਵਾਂ ਹੀ ਕੰਮ ਦੇਖ ਕੇ ਹੈਡਵਾਰਡਰ ਹੈਰਾਨ ਹੋ ਗਿਆ ਤੇ ਸਾਡੇ ਉਰ ਬਿਰ ਬਿਰ ਤੱਕੀ ਜਾਵੇ ਪਾਂਡਿਆਂ ਦੇ ਕੜਾਕੇ ਤੇ ਜੈਕਾਰੇ ਦੀ ਗੂੰਜ ਨੇ ਜੇਲਰ ਦੀ ਸੁਰਤੀ ਵੀ ਜੋ ਕਿ ਸਾਡੇ ਹਿਸਟਰੀ ਟਿਕਟ ਪੜ ਰਿਆ ਸੀ ਉਚਾਰਟ ਕਰ ਦਿੱਤੀ ਵੇਖਣ ਲਈ ਬਾਹਰ ਨਿਕਲਿਆ ਤਾਂ ਕੀ ਵੇਖਦਾ ਹੈ ਕਿ ਅਸੀਂ ਹੈਡਵਾਰਡਰ ਤੋਂ ਬਿਸਤਰਿਆਂ ਤੇ ਵਸਤਰਾਂ ਨੂੰ ਅੱਗ ਲਾਉਣ ਵਾਸਤੇ ਤੀਲਾ ਮੰਗ ਰਹੇ ਹਾਂ ਉਹ ਅਗੋਂ ਮਦਰਾਸੀ ਬੋਲੀ ਵਿੱਚ ਹੀ ਕੁਝ ਜੇਲਰ ਨੂੰ ਬੋਲਿਆ ਚੀਫ ਹੈਡ ਵਰਡਨ ਨੇ ਸਾਨੂੰ ਆਖਿਆ ਕਿ ਜੇਲ੍ਹ ਸਾਹਿਬ ਬਹੁਤ ਖਫਾ ਹੋ ਗਏ ਹਨ ਇਸ ਵਾਸਤੇ ਤੁਹਾਡੇ ਵਿੱਚੋਂ ਗੱਲਬਾਤ ਕਰਨ ਵਾਸਤੇ ਇੱਕ ਜਣਾ ਅੰਦਰ ਚੱਲੇ ਜੋ ਕਿ ਅੰਗਰੇਜ਼ੀ ਬੋਲ ਸਕਦਾ ਹੋਵੇ ਕਿਉਂਕਿ ਜੇਲਰ ਸਾਹਿਬ ਹਿੰਦੁਸਤਾਨੀ ਨਹੀਂ ਸਮਝ ਸਕਦੇ ਸੋ ਵੀਰਕਰਤਾਰ ਸਿੰਘ ਜੀ ਅੰਦਰ ਗਏ ਪਹਿਲਾਂ ਉਹਨਾਂ ਭਾਂਡਿਆਂ ਦੇ ਤੋੜਨ ਬਾਬਤ ਪੁੱਛਿਆ ਤਾਂ ਸਿੱਖੀ ਤੇ ਪੰਜਾਬੀ ਦਸਤੂਰ ਮੁਜਬ ਜੇਲਰ ਨੂੰ ਸਪਸ਼ਟ ਕਰ ਦਿੱਤਾ ਗਿਆ ਕਿ ਅਸੂਲਨ ਮਿੱਟੀ ਦਾ ਭਾਂਡਾ ਅਸੀਂ ਇੱਕ ਵਾਰ ਖਾ ਕੇ ਹੀ ਪੰਨ ਛੱਡਿਆ ਕਰਾਂਗੇ ਸੋ ਜੇ ਤੁਸੀਂ ਸਾਨੂੰ ਹਰ ਇੱਕ ਨੂੰ ਕਈ-ਕਈ ਭਾਂਡੇ ਹਰ ਰੋਜ਼ ਭੰਨਣ ਨੂੰ ਦੇ ਸਕਦੇ ਹੋ ਤਾਂ ਸਾਨੂੰ ਕੋਈ ਉਜ਼ਰ ਨਹੀਂ ਅਸੀਂ ਮਦਰਾਸੀ ਕੈਦੀਆਂ ਵਾਂਗੂ ਇਹਨਾਂ ਵਿੱਚ ਖਾਣ ਤੇ ਇਹਨਾਂ ਨਾਲ ਹੀ ਟੱਟੀ ਵਾਲੇ ਹੱਥ ਤੋਂ ਨਹੀਂ ਤਿਆਰ ਨਹੀਂ ਬਾਕੀ ਰਹੀ ਕੱਪੜਿਆਂ ਦੀ ਕੁਰਤਾ ਤੇ ਨਿੱਕਰਤਾ ਅਸੀਂ ਵਰਤ ਲਵਾਂਗੇ ਪਰ ਨਾਲ ਹੀ ਕਸ਼ਰੇ ਤੇ ਪਗੜੀਆਂ ਪੰਜਾਬ ਗਵਰਨਮੈਂਟ ਦੇ ਨਵੇਂ ਕਾਨੂੰਨ ਅਨੁਸਾਰ ਅਸੀਂ ਲੈ ਕੇ ਹੀ ਛੱਡਾਂਗੇ ਉਮੀਦ ਹੈ ਕਿ ਤੁਹਾਡੇ ਪਾਸ ਕਾਗਜ਼ਾਂ ਪੱਤਰਾਂ ਵਿੱਚ ਬਿਹਾਰ Orissa ਜੇਲ੍ਹਖਾਨੇ ਵਾਲਿਆਂ ਲੇਖੀ ਭੇਜਿਆ ਹੋਣਾ ਹੈ ਇੱਕ ਕਾਪੀ ਜੇਲਰ ਨੇ ਇਸ ਕਾਨੂੰਨ ਦੀ ਦਿਖਾਈ ਜੋ ਕਿ ਮਦਰਾਸ ਜੇਲ੍ਹ ਮੈਨੂਅਲ ਵਿੱਚ ਲਾਉਣ ਵਾਸਤੇ ਆਈ ਪਈ ਸੀ ਪਰ ਉਹ ਸਮਝ ਨਹੀਂ ਸਕਦਾ ਸੀ ਕਿ ਕਸ਼ੇਹਰਾ ਕਿਰਪਾਨ ਆਦਿਕ ਕਿਸ ਬੁਲਾ ਲਾਣਾ ਹੈ ਸੋ ਵੀਰ ਕਰਤਾਰ ਸਿੰਘ ਨੇ ਕਸ਼ੇਹਰਾ ਕਿਰਪਾਨ ਆਦਿ ਵਿਖਾ ਕੇ ਉਸ ਨੂੰ ਯਕੀਨ ਕਰਵਾਇਆ ਹਰ ਇੱਕ ਜੇਲ੍ਹ ਵਿੱਚ ਕੈਦੀ ਉੱਤੇ ਪਹਿਲਾਂ ਰੋਬ ਦਾਬ ਪਾਉਣ ਵਾਸਤੇ ਬਿਲਾ ਬਜਾ ਹੀ ਨਜ਼ਾਇਜ਼ ਹਬਕ ਦਬ ਕੀਤੀ ਜਾਂਦੀ ਹੈ ਪਰ ਸਾਡੇ ਸਾਥੀਆਂ ਵਿੱਚੋਂ ਕੋਈ ਡਰਨ ਵਾਲਾ ਨਹੀਂ ਸੀ ਜੇਲਰ ਨੇ ਸਾਡੀਆਂ ਪਹਿਲੀਆਂ ਹੀ ਵਰਦੀਆਂ ਭਾਂਡੇ ਵਿਸਤਰੇ ਕਿਤਾਬਾਂ ਸਾਡੇ ਕੋਲ ਹੀ ਰਹਿਣ ਦਿੱਤੇ ਅਤੇ ਸਾਨੂੰ ਅੱਡੋ ਅੱਡ ਬਲਾਕਾਂ ਵਿੱਚ ਬੰਦ ਕਰਕੇ ਕਰੜੇ ਕਰੜੇ ਪਹਿਰੇ ਲਾ ਦਿੱਤੇ ਤਾਕੇ ਪੰਜੋਪ ਵਿੱਚ ਕੋਈ ਸਲਾਹਮਤਾਨਕ ਪਕਾ ਲੈਣ ਪਰ ਉੱਥੇ ਮਤੇ ਤੇ ਸਲਾਹ ਪਕਾਉਣ ਦੀ ਭਲਾ ਲੋੜ ਹੀ ਕੀ ਸੀ ਜੇਲ੍ਹ ਯੂਨੀਵਰਸਿਟੀ ਤੋਂ ਪੀ ਐਚ ਡੀ ਦੀਆਂ ਡਿਗਰੀਆਂ ਅਸੀਂ ਸਾਰੇ ਹੀ ਲੈ ਚੁੱਕੇ ਸੀ ਜੋ ਕਿ ਜੇਲ੍ਹ ਹਿਸਟਰੀ ਦੀਆਂ ਟਿਕਟਾਂ ਵਾਲੀਆਂ ਲਿਖਤਾਂ ਤੋਂ ਅਫਸਰ ਪੜ੍ਹ ਸਕਦੇ ਸਨ ਅਰਥਾਤ ਹਰ ਕਿਸਮ ਦੀਆਂ ਜੇਲ੍ਹ ਸਜਾਵਾਂ ਸੀ ਪੁੱਜ ਚੁੱਕੇ ਸੀ ਕੋਠੀਆਂ ਵਿੱਚ ਪੁੱਜ ਕੇ ਸਾਨੂੰ ਇੱਕ ਨਵੀਂ ਝਾਕੀ ਦਿੱਤੀ ਉਹ ਇਹ ਸੀ ਕਿ ਪਹਿਲਾਂ ਤਾਂ ਹਰ ਇੱਕ ਕੈਦੀ ਟੱਟੀ ਪਿਸ਼ਾਬ ਵਾਲਾ ਭਾਂਡਾ ਆਪ ਹੀ ਚੁੱਕ ਕੇ ਟੱਟੀਆਂ ਤਾਈ ਲੈ ਜਾਂਦਾ ਅਤੇ ਪਾਣੀ ਪੀਣ ਵਾਲੇ ਮਟਕੇ ਵਿੱਚ ਹੱਥ ਤੋਂ ਨੂੰ ਪਾਣੀ ਵੀ ਭਰ ਲੈਂਦਾ ਫਿਰ ਇੱਕ ਖੁੱਲੇ ਕਮਰੇ ਵਿੱਚ ਸਾਹਮਣੇ ਕੰਧ ਵੱਲ ਨੂੰ ਮੂੰਹ ਕਰਕੇ ਤੇ ਪਿੱਠ ਬੂਹੇ ਵੱਲ ਕਰਕੇ ਜਿੱਥੇ ਕਿ ਹੋਰ ਕੈਦੀ ਟੱਟੀ ਜਾਣ ਲਈ ਵਾਰੀ ਦੇ ਉਡੀਕਵਾਂ ਖੜੇ ਹੁੰਦੇ ਹਨ ਟੱਟੀ ਬੈਠਦਾ ਅਸੀਂ ਸਾਰੇ ਹੀ ਆਪ ਆਪਣੇ ਬਲਾਕਾਂ ਵਿੱਚੋਂ ਖੋਲੇ ਗਏ ਪਹਿਲਾਂ ਤਾਂ ਅਸੀਂ ਸਾਰਿਆਂ ਨੇ ਰਾਤ ਦੇ ਟੱਟੀ ਪਿਸ਼ਾਬ ਵਾਲੇ ਭਾਂਡੇ ਹੀ ਨਾ ਚੁੱਕੇ ਕੁਜਿਆਂ ਦੇ ਥਾਉ ਤਸਲਿਆਂ ਵਿੱਚ ਪਾਣੀ ਲੈ ਤੁਰੇ ਜਦ ਟੱਟੀ ਹੋਣ ਦਾ ਨਜ਼ਾਰਾ ਡੇਠਾ ਤਾਂ ਅਸੀਂ ਜਏ ਕਮਰੇ ਵਿੱਚ ਕੈਦੀਆਂ ਜਾਂ ਪੈਰੇ ਵਾਲੇ ਖੜਿਆਂ ਤੋਂ ਟੱਟੀ ਫੇਰਨ ਤੋਂ ਇਨਕਾਰ ਕਰਕੇ ਵਾਪਸ ਕੋਠੀਆਂ ਨੂੰ ਮੁੜ ਆਏ ਸਾਰੇ ਬਲਾਕਾਂ ਦੇ ਸਿਪਾਹੀਆਂ ਨੇ ਰਿਪੋਰਟਾਂ ਕਰ ਦਿੱਤੀਆਂ ਤਾਂ ਜੇਲਰ ਨੇ ਹੁਕਮ ਦਿੱਤਾ ਕਿ ਬਲਾਕ ਦੇ ਕਿਸੇ ਖੁੰਜੇ ਜਿੱਥੇ ਪੜਦਾ ਮناسب ਸਮਝਣ ਟੱਟੀ ਪਿਸ਼ਾਬ ਕਰ ਲੈਣ ਅਤੇ ਪੰਗੀ ਸਫਾਈ ਕਰੇ ਪਹਿਲੇ ਦਿਨ ਤਾਂ ਰੋਟੀ ਮਦਰਾਸੀ ਕਦੀਆਂ ਵਾਲੀ ਸਾਡੀਆਂ ਕੋਠੀਆਂ ਸਾਹਮਣੇ ਮਿੱਟੀ ਦੇ ਬਰਤਨ ਵਿੱਚ ਪਾ ਕੇ ਹੀ ਰੱਖ ਗਏ ਅਸੀਂ ਕਿਸੇ ਨੇ ਉਸ ਵੱਲ ਤੱਕਿਆ ਹੀ ਨਾ ਤਿੰਨਾਂ ਘੰਟਿਆਂ ਪਿਛੋਂ ਆਪੇ ਹੀ ਚੁੱਕ ਕੇ ਦਫ਼ਤਰ ਲੈ ਗਏ ਤੇ ਅਫਸਰਾਂ ਨੂੰ ਰਿਪੋਰਟ ਹੋ ਗਈ ਕਿ 590 ਆਏ ਪੰਜਾਬੀ ਰੋਟੀਖਾਣੋਂ ਇਨਕਾਰ ਹੀ ਹਨ ਦੂਜੇ ਦਿਨ ਮ드ਰਾਸੀ ਲੰਗਰ ਵਿੱਚੋਂ ਹੀ ਇੱਕ ਮ드ਰਾਸੀ ਲੰਗਰੀ ਦੇ ਹੱਥੀਂ ਟੁੱਟੀਆਂ ਫੁੱਟੀਆਂ ਕੱਚੀਆਂ ਪੂਜੀਆਂ ਰੋਟੀਆਂ ਪਕਾ ਕੇ ਰੱਖ ਗਏ ਉਹ ਵੀ ਪਹਿਲੇ ਦਿਨ ਵਾਂਗੂ ਚੱਕ ਕੇ ਲੈ ਗਏ ਤੀਜੇ ਦਿਨ ਸਾਨੂੰ ਮੈਡੀਕਲ ਅਫਸਰ ਦੇ ਡਾਕਟਰ ਮੁਲਾਜੇ ਵਾਸਤੇ ਪੇਸ਼ ਕੀਤਾ ਗਿਆ ਤਾਂ ਉਹ ਵਜ਼ਨ ਤੋਲਾ ਤੋਲਾ ਮੁਸ਼ਕਤਾ ਲਿਖਣ ਲੱਗਾ ਉਸਨੇ ਸਾਰਿਆਂ ਵਾਸਤੇ ਰੱਸੀ ਬਟਣ ਨੂੰ ਢੇਰੇ ਅਤੇ ਕੇੜੇ ਦੀ ਸਣ ਸਾਡੇ ਅੱਗੇ ਰਖਵਾ ਦਿੱਤੀ ਸਾਡੇ ਵਿੱਚੋਂ ਦਾਸ ਅਤੇ ਵੀਰਕਰਤਾਰ ਸਿੰਘ ਅੰਗਰੇਜ਼ੀ ਬੋਲੀ ਸਮਝ ਸਕਦੇ ਸੀ ਜਦ ਵੀਰਕਰਤਾਰ ਸਿੰਘ ਦੀ ਵਾਰੀ ਆਈ ਤਾਂ ਉਹ ਮੈਡੀਕਲ ਅਫਸਰ ਨੂੰ ਬੋਲਿਆ ਕਿ ਇੱਕ ਤਿੱਲੀ ਵੀ ਸਾਨੂੰ ਦੇਵੋ ਤਾਂ ਕਿ ਤੁਹਾਡਾ ਕੰਮ ਵੀ ਖਤਮ ਕਰਕੇ ਅਸੀਂ ਵਾਪਸ ਕੋਠੀਆਂ ਵਿੱਚ ਬੰਦ ਜਾ ਹੋਈਏ ਤਿੰਨ ਦਿਨ ਤੋਂ ਤੁਹਾਨੂੰ ਅਜੇ ਤਾਈਂ ਇਹ ਰਿਪੋਰਟ ਨਹੀਂ ਆਪੜੀ ਕਿ ਸਾਡੀ ਰੋਟੀ ਦਾ ਪ੍ਰਬੰਧ ਨਹੀਂ ਕੀਤਾ ਕੰਮ ਦੇਣਾ ਤੁਹਾਨੂੰ ਯਾਦ ਰਹਿ ਗਿਆ ਚੌਥੇ ਦਿਨ ਮੈਨੂੰ ਅੰਗਰੇਜ਼ੀ ਜਾਣਦਾ ਕਰਕੇ ਦਾਸ ਦੇ ਹੈ ਸਟ੍ਰੀਟਕਟਰ ਨੂੰ ਵੇਖ ਕੇ ਕਿ ਇਹ ਆਪਣੇ ਪ੍ਰਸ਼ਾਦੇ ਆਪ ਹੀ ਸਜਾਉਂਦੇ ਰਹੇ ਹਨ ਦਫ਼ਤਰ ਵਿੱਚ ਬੁਲਾਇਆ ਕਿ ਤੁਸੀਂ ਜਾ ਕੇ ਸੁੱਕਾ ਰਾਸ਼ਨ ਲੈ ਕੇ ਪ੍ਰਸ਼ਾਦ ਦੇ ਸਜਾ ਲਓ ਤਾਂ ਮੈਂ ਇਹ ਸੋਚ ਕੇ ਕਿ ਦਾਸ ਦੇ ਚਾਰੇ ਵੀਰ ਤਿੰਨ ਦਿਨ ਤੋਂ ਹੀ ਖੜਾ ਕੇ ਕੀਤੀ ਬੈਠੇ ਹਨ ਆਖਿਆ ਕਿ ਮੇਰੇ ਸਾਥੀ ਵੀ ਭੁੱਖੇ ਬੈਠੇ ਹਨ ਪਹਿਲਾਂ ਉਹਨਾਂ ਦਾ ਪ੍ਰਬੰਧ ਕਰੋ ਦਾਸ ਨੂੰ ਪਿੱਛੋਂ ਜਦੋਂ ਤੁਹਾਡਾ ਦਿਲ ਚਾਹੇ ਹੁਕਮ ਦੇ ਦੇਣਾ ਤਾਂ ਜੇਲਰ ਬੋਲਿਆ ਕਿ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਲੈ ਜਾਓ ਜੇਲਰ ਤਾਂ ਚਾਹੁੰਦਾ ਸੀ ਕਿ ਥੋੜੀ ਕੈਦ ਵਾਲਾ ਸਾਥੀ ਗੰਡਾ ਸਿੰਘ ਖਾਪੜਖੇੜੀ ਪ੍ਰਸ਼ਾਦ ਦੇ ਪਕਾਉਣ ਜਾਵੇ ਪਰ ਉਹ ਅੰਗਰੇਜ਼ੀ ਬੋਲੀ ਸਮਝ ਨਹੀਂ ਸਕਦਾ ਸੀ ਸੋ ਦਾਸ ਨੇ ਵੀਰ ਕਰਤਾਰ ਸਿੰਘ ਦਾ ਨਾਮ ਹੀ ਦੱਸ ਛੱਡਿਆ ਮੈਨੂੰ ਬੰਦ ਕਰਕੇ ਵੀਰ ਕਰਤਾਰ ਸਿੰਘ ਨੂੰ ਕਢਾ ਕੇ ਦਫ਼ਤਰ ਵਿੱਚ ਸੱਦਿਆ ਤਾਂ ਉਹਨਾਂ ਨੇ ਉੱਤਰ ਦਿੱਤਾ ਕਿ ਪਹਿਲਾਂ ਤਾਂ ਸਾਡੇ ਸੰਤ ਸਾਥੀ ਨੂੰ ਹੀ ਦਾਸ ਨੂੰ ਹੀ ਕੱਢਿਆ ਜਾਏ ਜੇਲਰ ਕਹੇ ਕਿ ਉਸੀ ਨੇ ਕਿਹਾ ਹੈ ਕਿ ਕਰਤਾਰ ਸਿੰਘ ਨੂੰ ਲੈ ਜਾਓ ਪਰ ਵੀਰ ਕਰਤਾਰ ਸਿੰਘ ਦਫ਼ਤਰੋਂ ਸਿੱਧਾ ਨਾ ਤੁਰਿਆ ਤਾਂ ਜੇਲਰ ਨੇ ਮੇਰੇ ਬਲਾਕ ਵਿੱਚ ਮੈਥੋਂ ਪੁੱਛਣ ਵਾਸਤੇ ਭੇਜ ਦਿੱਤਾ ਸੋ ਦਾਸ ਦੇ ਕਹਿਣ ਨਾਲ ਵੀਰ ਕਰਤਾਰ ਸਿੰਘ ਦੋ ਦਿਨ ਚੌਹਾਂ ਸਾਥੀਆਂ ਦੇ ਪ੍ਰਸ਼ਾਦੇ ਦੁੱਖੇ ਸੁਖੇ ਪਕਾ ਕੇ ਲਿਆਉਂਦਾ ਤੇ ਵਰਤੋਂਦਾ ਰਿਹਾ ਪਰ ਦਾਸ ਕੜਾਕੇ ਹੀ ਰਿਹਾ ਸ਼ੇਮਦਨ ਮਦਰਾਸ ਆਈਜੀ ਦੇ ਹੁਕਮ ਆਏ ਤੋਂ ਦਾਸ ਨੂੰ ਵੀ ਪ੍ਰਸ਼ਾਦੇ ਸਜਾਉਣ ਦੀ ਖੁੱਲ ਮਿਲੀ ਐਸ ਜੇਲ ਦੇ ਤਿੰਨ ਗੋਰੇ ਅਫਸਰ ਬੜੇ ਹੀ ਸ਼ਰੀਫ ਅਸੀਲ ਸੁਭਾਅ ਦੇ ਡਿੱਟੇ ਜੇਲਰ ਸੁਪਰਡੈਂਟ ਤੇ ਮੈਡੀਕਲ ਅਫਸਰ ਤਿੰਨੇ ਹੀ ਭਾਵੇਂ ਗੋਰੀ ਕੌਮ ਦੇ ਬੰਦੇ ਸਨ ਪਰ ਬੜੇ ਹੀ ਭਲੇ ਮਾਨਸ ਲੋਕ ਸਨ ਸਾਡੇ ਨਾਲ ਤਾਂ ਉਹਨਾਂ ਬੜਾ ਹੀ ਸ਼ਰੀਫਾਨਾ ਸਲੂਕ ਕੀਤਾ ਉਹਨਾਂ ਨੂੰ ਰਸਤੇ ਦੀ ਸਾਰੀ ਘਟਨਾ ਦਾ ਪਤਾ ਲੱਗ ਚੁੱਕਾ ਸੀ ਕਿ ਕਿਵੇਂ ਪਹਿਲੋਂ ਈਸਾਈ ਮਿਸ਼ਨਰੀ ਇੰਚਾਰਜ ਗੋਰੇ ਇੰਸਪੈਕਟਰ ਨੇ ਸਾਡੇ ਨਾਲ ਚੰਗਾ ਵਰਤਾਓ ਕੀਤਾ ਤੇ ਕਿਵੇਂ ਅਸੀਂ ਉਸ ਨਾਲ ਚੰਗੇ ਵਰਤੇ ਮਦਰਾਸ ਹੱਤੇ ਵਿੱਚ ਪੁੱਜ ਕੇ ਅੜਬੈਲਗੁਰ ਇੰਸਪੈਕਟਰ ਨੇ ਕਿਵੇਂ ਭੜਾ ਸਲੂਕ ਕੀਤਾ ਤੇ ਉਸ ਦੀ ਬਾਦ ਸਲੂਕੀ ਸਹਾਰ ਕੇ ਅਸੀਂ ਉਸ ਨੂੰ ਕਿਵੇਂ ਦਾਖੂ ਦਾਣਾ ਦਵਾਇਆ ਇਹ ਸਭ ਹਾਲਾਤ ਇਹਨਾਂ ਨੂੰ ਪਹਿਲਾਂ ਹੀ ਪਹੁੰਚ ਚੁੱਕੇ ਸਨ ਅਤੇ ਜਦੋਂ ਇਹਨਾਂ ਨੇ ਸਾਡੇ ਹਿਸਟਰੀ ਟਿਕਟ ਮੁਲਾਜ਼ਾ ਕੀਤੇ ਤੇ ਉਹਨਾਂ ਉੱਤੇ ਜਦ ਇੱਕ ਇੱਕ ਨੂੰ 100-100 ਸਜਾਵਾਂ ਮਿਲੀਆਂ ਲਿਖੀਆਂ ਦੇਖੀਆਂ ਤਾਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਜ਼ਿਲ੍ਹਾ ਅਫਸਰ ਨਾਹਕ ਹੀ ਇਹਨਾਂ ਨੂੰ ਤੰਗ ਕਰਦੇ ਰਹੇ ਹਨ ਪਹਿਲਾਂ ਛੇੜਖਾਨੀ ਜ਼ਿਲ੍ਹਾ ਅਫਸਰਾਂ ਵੱਲੋਂ ਹੀ ਹੁੰਦੀ ਰਹੀ ਹੈ ਤਾਈਆਂ ਪਿਛੋਂ ਉਹਨਾਂ ਨੂੰ ਡੂਮਣਾ ਮਖੀਰ ਬਣ ਕੇ ਚਿਮੜਦੇ ਰਹੇ ਹਨ ਆਪੋਂ ਪਹਿਲਾਂ ਕਿਸੇ ਨਾਲ ਵਾਅਦਾ ਨਹੀਂ ਕਰਦੇ ਤੇ ਅਣਹੋਏ ਦਾਬਿਆਂ ਨਾਲ ਦਬਦੇ ਨਹੀਂ ਸਗੋਂ ਦੂਣ ਸੁਵਾਈ ਢੜਕਦੇ ਹਨ ਉਹਨਾਂ ਤੇ ਹੰਗੂਰੇ ਅਫਸਰਾਂ ਨੇ ਕਾਉਂਸਲ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਸਾਹਮਣੇ ਬੁਲਾਇਆ ਤੇ ਸਾਫ਼ ਸਿੱਧੇ ਪਧਰੇ ਲਫ਼ਜ਼ਾਂ ਵਿੱਚ ਕਹਿ ਸੁਣਾਇਆ ਕਿ ਇੱਥੋਂ ਦੇ ਜੇਲ੍ਹ ਹਾਕਮ ਤੁਹਾਡੇ ਨਾਲ ਪੂਰਾ ਸ਼ਰੀਫਾਨਾ ਵਰਤੋਗੇ ਅਸੀਂ ਆਸ ਰੱਖਦੇ ਹਾਂ ਕਿ ਤੁਸੀਂ ਸਾਡੇ ਨਾਲ ਭਲੇ ਮਾਨਸਾ ਵਾਂਗ ਵਰਤੋਗੇ ਸਾਨੂੰ ਯਕੀਨ ਹੋ ਚੁੱਕਾ ਹੈ ਕਿ ਜੇਲਾਂ ਵਿੱਚ ਤੁਹਾਡੇ ਨਾਲ ਬਹੁਤ ਬਹੁਤ ਬਦਕੀਆਂ ਹੋਈਆਂ ਅਤੇ ਨਾ ਹੱਕ ਹੋਈਆਂ ਇੱਥੇ ਤੁਹਾਨੂੰ ਕੋਈ ਤਕਲੀਫ ਨਹੀਂ ਦਿੱਤੀ ਜਾਵੇਗੀ ਆਸ਼ਾ ਹੈ ਕਿ ਤੁਸੀਂ ਵੀ ਸਾਨੂੰ ਕੋਈ ਦੁੱਖ ਨਹੀਂ ਦਿਓਗੇ ਅਸੀਂ ਆਖਿਆ ਜਦੋਂ ਤੁਸੀਂ ਸਾਨੂੰ ਕੋਈ ਦੁੱਖ ਨਹੀਂ ਦੇਵੋਗੇ ਸਾਡਾ ਕੋਈ ਸਿਰ ਫਿਰਿਆ ਹੋਇਆ ਹੈ ਕਿ ਅਸੀਂ ਤੁਹਾਨੂੰ ਨਾ ਹੱਕ ਦੁਖੀ ਕਰਾਂਗੇ ਤੁਸੀਂ નિਸ਼ੰਗ ਪਰਖ ਪਰਤਿਆ ਕੇ ਵੇਖ ਲਵੋ ਫਿਰ ਉਹਨਾਂ ਸਾਥੋਂ ਸਾਡੀਆਂ ਜ਼ਰੂਰੀ ਲੋੜਾਂ ਪੁੱਛੀਆਂ ਅਸੀਂ ਆਖਿਆ ਕਿ ਪਹਿਲਾਂ ਤਾਂ ਅਸੀਂ ਆਪਣਾ ਲੰਗਰ ਆਪ ਸਜਾਵਾਂਗੇ ਸੋ ਉਹਨਾਂ ਨੇ ਬੜੀ ਖੁਸ਼ੀ ਨਾਲ ਮਨਜ਼ੂਰ ਕਰ ਲਿਆ ਐਸਾ ਕਰਨ ਵਿੱਚ ਉਹਨਾਂ ਨੂੰ ਇਹ ਆਸਾਨੀ ਹੋਈ ਕਿ ਉਸ ਜੇਲ੍ਹ ਵਿੱਚ ਪੰਜਾਬੀ ਖਾਣਾ ਬਣਦਾ ਹੀ ਨਹੀਂ ਸੀ। ਮਦਰਾਸੀ ਖਾਣਾ, ਰਾਗੀ ਤੇ ਚੌਲ ਹੀ ਬਣਦੇ ਸਨ। ਕਣਕ ਦੀਆਂ ਰੋਟੀਆਂ ਤਾਂ ਤਲੰਗੀਦੇਸ਼ ਮਦਰਾਸ ਵਿੱਚ ਪਕਾਉਣੀਆਂ ਹੀ ਨਹੀਂ ਜਾਣਦੇ। ਉਹਨਾਂ ਨੂੰ ਤਾਂ ਆਟਾ ਵੀ ਗੁੰਨਣਾ ਨਹੀਂ ਆਉਂਦਾ। ਆਮ ਲੰਗਰ ਵਿੱਚ ਇਹ ਨਵਾਂ ਰਾਹ ਚਲਾਉਣਾ ਜੇਲ੍ਹ ਅਫਸਰਾਂ ਲਈ ਅਧਿਕਟਨ ਸੀ। ਅਸੀਂ ਰਾਗੀ ਆਦ ਖਾਣਾ ਮਨਜ਼ੂਰ ਨਹੀਂ ਕਰਦੇ ਸੀ, ਨਾ ਹੀ ਖੰਦੇ ਰਲਣਾ ਚਾਹੁੰਦੇ ਸੀ। ਇਸ ਕਰਕੇ ਜੇਲ੍ਹ ਅਫਸਰਾਂ ਨੇ ਇਹੋ ਮਸਲਾ ਸਮਝੀ ਕਿ ਅਸੀਂ ਆਪੇ ਪ੍ਰਸ਼ਾਦੇ ਸਜਾ ਕੇ ਆਪੇ ਹੀ ਛਕੀਏ। ਦੂਜੀ ਗੱਲ ਅਸੀਂ ਉਹਨਾਂ ਤੋਂ ਇਹ ਮੰਨਵਾਈ ਕਿ ਅਸੀਂ ਬਸਤਰ ਜੇਲ੍ਹ ਦੀ ਬਣੀ ਹੋਈ ਲਕੀਰਤਾਰੀ ਵਾਲੇ ਕੱਪੜੇ ਦੇ ਦਸਤਾਰੇ ਅਤੇ ਕਸ਼ਰੇ ਨਹੀਂ ਪਹਿਨਾਂਗੇ। ਉਹਨਾਂ ਸਹਾਉ ਅਫਸਰਾਂ ਨੇ ਇਹ ਸ਼ਰਤ ਵੀ ਮੰਨ ਲਈ। ਤੀਜੀ ਅਸੀਂ ਇਹ ਆਖੀ ਕਿ ਅਸੀਂ ਕੰਮ ਦਾ ਡੱਕਾ ਨਹੀਂ ਤੋੜਨਾ। ਦਵਾਓ ਈਨ ਮੰਨ ਕੇ ਕੋਈ ਕੰਮ ਨਹੀਂ ਕਰਨਾ। ਆਪਣੀ ਮਨਮਰਜ਼ੀ ਭਾਵੇਂ ਕੁਝ ਕਰਦੇ ਹੀ ਰਹੀਏ। ਤੇ ਇਸ ਪਰ ਉਹ ਜ਼ਰਾ ਔਖੇ ਹੋਏ ਤੇ ਇਹ ਕਹਿਣ ਲੱਗੇ ਕਿ ਅਸੀਂ ਕੰਮ ਦਾ ਜ਼ੋਰ ਤਾਂ ਨਹੀਂ ਦਿੰਦੇ ਪਰ ਤੁਹਾਨੂੰ ਇਸ ਹਾਲਤ ਵਿੱਚ ਕੋਠੀਆਂ ਵਿੱਚ ਬੰਦ ਰਹਿਣਾ ਪਵੇਗਾ। ਇਸ ਪਰ ਅਸੀਂ ਆਖਿਆ ਸਾਨੂੰ ਪਹਿਲਾਂ ਹੀ ਪਤਾ ਹੈ। ਕਿ ਤੁਸੀਂ ਸਾਡੇ ਵਾਸਤੇ ਪੰਜਾਬ ਗਵਰਨਮੈਂਟ ਦੇ ਇਸ਼ਾਰੇ ਨਾਲ ਪਹਿਲਾਂ ਹੀ ਪੱਕਾ ਫੈਸਲਾ ਕਰ ਛੱਡਿਆ ਹੈ ਕਿ ਤੁਸੀਂ ਸਾਨੂੰ ਕੋਠੀਆਂ ਤੋਂ ਬਾਹਰ ਨਹੀਂ ਕੱਢਿਆ ਕਰੋਗੇ ਐਸੇ ਅੜ ਕਰਕੇ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ ਸਾਨੂੰ ਕੋਠੀਆਂ ਦਾ ਇਹ ਵਸੇਬਾ ਮਨਜ਼ੂਰ ਹੈ ਭਜਨ ਗੁਫਾਵਾਂ ਅੰਦਰ ਰਹਿਣਾ ਹੀ ਸਾਡੇ ਮਸਤਕ ਤਾ ਲੇਖ ਲਿਖਿਆ ਹੋਇਆ ਹੈ ਜੇਲ੍ਹ ਯਾਤਰਾ ਐਵੇਂ ਹੀ ਨਹੀਂ ਬਣੀ ਹੈ ਇਹਨਾਂ ਮੋਟੀਆਂ-ਮੋਟੀਆਂ ਗੱਲਾਂ ਦੇ ਤਸਫੀਹ ਹੋ ਕੇ ਸਾਨੂੰ ਪੰਜਾਂ ਨੂੰ ਹੀ ਇੱਕ ਬਲਾਕ ਵਿੱਚ ਕੋਲੋ-ਕੋਲੀ ਪੰਜ ਕੋਠੀਆਂ ਦੇ ਦਿੱਤੀਆਂ ਗਈਆਂ ਲੰਗਰ ਲਈ ਕੋਠਾ ਛੱਪਰ ਅਲੱਗ ਹੀ ਸਾਜ ਦਿੱਤਾ ਗਿਆ ਜਿਸ ਵਿੱਚ ਚੁੱਲ੍ਹੇ ਚੁਰਾਂ ਚੂਨੇ ਗੱਚ ਬਣਵਾ ਦਿੱਤੀਆਂ ਗਈਆਂ ਬਰਤਨਾਂਦਕ ਵੀ ਸਾਰੇ ਸਮਾਨਮਹੀਆ ਕਰਵਾ ਦਿੱਤੇ ਗਏ 10 ਦਾਸ ਦਾ ਟਿਕਟ ਦੇ ਕੇ ਮੇਜਰ ਕੁੱਕ ਦੇ ਸਫਾਰਸ਼ੀ ਰਿਮਾਰਕ ਅਨਸਾਰ ਦਾਸ ਨੂੰ ਆਪਣਾ ਪ੍ਰਸ਼ਾਦਾ ਸਰਬਲੋਹੀ ਬਰਤਨਾਂ ਵਿੱਚ ਲੱਗ ਸਜਾਉਣ ਦੀ ਆਗਿਆ ਦੇ ਦਿੱਤੀ ਗਈ ਕੜਾਹੀ ਪ੍ਰਾਂਤ ਅਦਕ ਸਰਬਲੋਹ ਦੇ ਜ਼ਰੂਰੀ ਬਰਤਨ ਬਣਵਾ ਦਿੱਤੇ ਸੋ ਅਸੀਂ ਦੋਈ ਸੱਜਣ ਦਾਸ ਤੇ ਭਾਈ ਗੰਡਾ ਸਿੰਘ ਇਕੱਠੇ ਹੀ ਲੰਗਰ ਵਿੱਚ ਕੰਮ ਕਰਨ ਲੱਗ ਗਏ ਦਾਲ ਪਾਜਾ ਤਾਂ ਦਾਸ ਨੇ ਸਾਰਿਆਂ ਦਾ ਇਕੱਠਾ ਹੀ ਸਰਬਲੋਹ ਦੀ ਕੜਾਹੀ ਵਿੱਚ ਸਜਾ ਲੈਣਾ ਤੇ ਪ੍ਰਸ਼ਾਦਾਂ ਦੀ ਤੌਣ ਭਾਈ ਗੰਡਾ ਸਿੰਘ ਨਿਹੰਗ ਖਾਪੜ ਖੇੜੀ ਨੇ ਸਭ ਦੀ ਤਿਆਰ ਕਰਨੀ ਦਾਸ ਨੇ ਪਿੱਛੋਂ ਆਪਣੇ ਦੋ ਪ੍ਰਸ਼ਾਦ ਦੇ ਉਸੇ ਲੋਤੇ ਗੇੜ ਲੈਣੇ ਮੇਰੇ ਪ੍ਰਸ਼ਾਦਾਂ ਲਈ ਪਹਿਲਾਂ ਸਰਬ ਲੋ ਦੀ ਛੋਟੀ ਥਾਲੀ ਸੀ ਜਿਸ ਵਿੱਚ ਆਟਾ ਗੁੰਨਣ ਦੀ ਆਕਸੀ ਕੰਮ ਬਹੁਤ ਵੱਧ ਜਾਂਦਾ ਸੀ ਪਾਣੀ ਢੋਣ ਦਾ ਕੰਮ ਵੀ ਦਾਸ ਦੇ ਜੁਮੇ ਹੀ ਸੀ ਲੱਕੜ ਬਾਲਣ ਪਾੜਨ ਦਾ ਕੰਮ ਨਿਹੰਗ ਸਿੰਘ ਦੇ ਜੁਮੇ ਸੀ ਥੋੜੇ ਚਿਰ ਪਿੱਛੋਂ ਕੰਮ ਇਸੇ வித ਘਟ ਵੀ ਗਿਆ ਜਿਵੇਂ ਕਿ ਲੱਕੜੀਆਂ ਪਾੜੀਆਂ ਪੜਾਈਆਂ ਮਿਲ ਜਾਇਆ ਕਰਨ ਤੇ ਪਿੱਤਲ ਦੀ ਪ੍ਰਾਂਤ ਵੀ ਆਟਾ ਗੁੰਨਣ ਲਈ ਨਵੀਂ ਮੰਗਵਾ ਦਿੱਤੀ ਗਈ ਕਿਉਂਕਿ ਸਾਡੇ ਲੰਗਰ ਵਿੱਚ ਪਹਿਲੇ ਮੁਕਾਦਮੇ ਵਾਲੇ ਤਨ ਹੋਰ ਸਾਥੀ ਵੀ ਜੋ ਕਾਲੇ ਪਾਣੀਆਂ ਤੋਂ ਇਸ ਜੇਲ੍ਹ ਵਿੱਚ ਭੇਜੇ ਗਏ ਸੀ ਸਾਨੂੰ ਸ਼ਾਮਲ ਕਰਨੇ ਪਏ ਜੋ ਹੁਣ ਤਾਈ ਜੇਲ੍ਹ ਲੰਗਰ ਵਾਲੀ ਤਿਲਗੂ ਖਾਣਾ ਖਾ ਕੇ ਹੀ ਔਖੇ ਸੁਖੇ ਦਿਨ ਕੱਟੀ ਕਰ ਰਹੇ ਸਨ ਜਦ ਸਾਨੂੰ ਉਹਨਾਂ ਦਾ ਪਤਾ ਲੱਗਾ ਕਿ ਇਸ ਜੇਲ੍ਹ ਵਿੱਚ ਸਾਡੇ ਹੋਰ ਸਾਥੀ ਵੀ ਹਨ ਅਤੇ ਉਹ ਬੜੇ ਔਖੇ ਹਨ ਤਾਂ ਅਸੀਂ ਅਫਸਰਾਂ ਨੂੰ ਕਹਿ ਕੇ ਉਹਨਾਂ ਨੂੰ ਵੀ ਆਪਣੇ ਬਲਾਕ ਵਿੱਚ ਹੀ ਮੰਗਵਾ ਲਿਆ ਅਤੇ ਆਪਣੇ ਲੰਗਰ ਵਿੱਚ ਹੀ ਉਹਨਾਂ ਦਾ ਪ੍ਰਸ਼ਾਦਾ ਵੀ ਤਿਆਰ ਕਰਨ ਲੱਗ ਪਏ ਇਹਨਾਂ ਵਿੱਚੋਂ ਦੋ ਸਾਥੀ ਤਾਂ ਭਾਈ ਖੁਸ਼ਾਲ ਸਿੰਘ ਪਧਰੀ ਅਤੇ ਭਾਈ ਕੇਰ ਸਿੰਘ ਚੋਟੀਆਂ ਵਾਲੇ ਸਿੰਘ ਸੱਜਣ ਸੰਤ ਤੇ ਤੀਜਾ ਸਾਥੀ ਪ੍ਰੀਤੀ ਸਿੰਘ ਰਾਜਪੂਤ ਬੱਚਾ ਸੀ ਜੋ ਭਗੌੜੇ ਹੋਣ ਦੇ ਕਾਰਨ ਫਾਂਸੀ ਦੀ ਕੋਠੀਆਂ ਵਿੱਚੋਂ ਇੱਕ ਕੋਠੀ ਵਿੱਚ ਹੀ ਬੰਦ ਰੱਖਿਆ ਹੋਇਆ ਸੀ ਅਸੀਂ ਉਸ ਨੂੰ ਉੱਥੋਂ ਕਢਵਾ ਕੇ ਆਪਣੇ ਵਿੱਚ ਲਿਆਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕਾਰਗਰ ਨਾ ਹੋਈ ਥੋੜੇ ਦਿਨਾਂ ਪਿੱਛੋਂ ਪੰਡਤ ਜਗਤਰਾਮ ਵੀ ਮਦਰਾਸ ਜਿਹੜੇ ਤੋਂ ਬਦਲ ਕੇ ਸਾਡੇ ਪਾਸ ਆ ਗਏ ਇਹਨਾਂ ਨੂੰ ਵੀ ਸਾਡੇ ਬਲਾਕ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਇਸ ਪ੍ਰਕਾਰ ਅਸੀਂ ਪੰਜਾਬੀ ਲੰਗਰ ਵਿੱਚ ਇਕੱਠੇ ਹੋ ਗਏ ਜੇਲ੍ਹ ਕੈਦਿਆਂ ਅਨੁਸਾਰ ਬਰਾਸ਼ਟਾਕ ਫੀ ਆਦਮੀ ਮੈਦਾ ਮਿਲ ਜਾਇਆ ਕਰੇ ਤੇ ਸਬਜੀ ਬਾਜੀ ਮੂੰਹ ਮੰਗਵੀ ਜਿਸ ਕਿਸਮ ਦੀ ਲੋੜ ਹੋਵੇ ਦੋਵੇਂ ਡੰਗ ਸਜਰੀ ਮਿਲ ਜਾਂਦੀ ਸੀ ਮੂੰਗੀ ਤੇ ਮਾਦੀਆਂ ਦੋਵੇਂ ਦਾਲਾਂ ਖਾਸ ਤੌਰ ਤੇ ਬਾਜ਼ਾਰੋਂ ਤੋਤੀਆਂ ਤਤਾਈਆਂ ਮੰਗਾ ਦਿੰਦੇ ਸਨ ਗੱਲ ਕੀ ਖਾਣ ਪੀਣ ਵਾਲੀ ਗੱਲ ਦੀ ਥੋੜਾ ਨਾ ਰਹਿਣ ਦਿੱਤੀ ਗਈ ਜੋ ਮੰਗੀਏ ਹਾਜ਼ਰ ਕਰ ਦਿੰਦੇ ਔਂਸ ਦੋ ਦੋ ਔਂਸ ਜੀ ਪ੍ਰਤੀ ਪੰਜਮਾ ਘਿਓ ਖੁੱਲਾ ਵਰਤੀ ਜੀ ਚਾਟਾ ਛਕਣ ਵਾਲਿਆਂ ਲਈ ਅੱਧ ਸਿਰ ਸਮੁੰਦਰ ਡੱਬਿਆਂ ਵਾਲਾ ਅਤੇ ਦਾਸ ਨੂੰ ਅੱਧ ਸਿਰ ਦੁੱਧ ਹੱਥੀਂ ਚੋ ਲੈਣ ਦੀ ਖੁੱਲ ਹੋ ਗਈ ਸਰਖਿੰਡੀ ਭੀ ਸਟਾਕ-ਸਟਾਕ ਭਰ ਮਿਲ ਜਾਇਆ ਕਰੀ ਮਿਰਚ ਮਸਾਲਾ ਜੀਰਾ ਲੌਂਗ ਇਲਾਇਚੀ ਦਾਰਚੀਨੀ ਵੱਖ-ਵੱਖ ਮੁਕਵਾ ਕੇ ਦਿਆ ਕਰਨ ਗੱਲ ਕੀ ਖਾਲਸੇ ਦੀ ਅਤੀ ਟੁੱਟ ਦੇਗ ਵਰਤਣ ਲੱਗ ਪਈ ਸਾਥੋਂ ਮੁੱਕੇ ਨਾ ਅਤੁੱਟ ਵਰਤਾਰੇ ਗਰੀਬ ਤਲਿੰਗੂਆਂ ਨੂੰ ਵਰਤਾਏ ਜਾਣ ਫਿਰ ਵੀ ਟੁੱਟ ਨਾਵੇ ਐਸੀ ਬਰਕਤ ਖਾਲਸੇ ਲੰਗਰ ਵਿੱਚ ਹੋ ਗਈ ਕਿ ਗਰੀਬ ਸਪਾਈ ਨੂੰ ਵੀ ਛਾਂ ਦੇ ਵਰਤ ਜਾਣ ਜੇਲ੍ਹ ਅਫਸਰਾਂ ਨੇ ਬੜਾ ਖੁਸ਼ ਹੋਣਾ ਕੜਾ ਪ੍ਰਸ਼ਾਦ ਵੀ ਹਫ਼ਤੇ ਵਿੱਚ 1-2 ਵਾਰ ਸਜਾ ਲੈਣਾ ਤੇ ਵਰਤ ਦਾ ਛਾਂ ਦਾ ਹਾਜ਼ਰ ਪਾਸ਼ਾ ਨੂੰ ਦੇ ਦੇਣਾ ਭਾਵੇਂ ਕੋਈ ਆਵੇ ਕਦੇ-ਕਦਾਈਂ ਜੇਲਰ ਡਿਪਟੀ ਜੇਲਰ ਅਤੇ ਸੁਪਰਡੈਂਟ ਮੈਡੀਕਲ ਅਫਸਰਾਂ ਨੂੰ ਵੀ ਕੜਾ ਪ੍ਰਸ਼ਾਦ ਪ੍ਰਸ਼ਾਦੇ ਤੇ ਚਾਹ ਸ਼ਿਕਾ ਦੇਣੀ ਤਾਂ ਉਹਨਾਂ ਬੜਾ ਨਿਹਾਲ ਹੋਣਾ। ਗੱਲ ਕੀ ਰਾਜਮੰਦਰੀ ਜੇਲ੍ਹ ਅੰਦਰ ਖਾਲਸਾਈ ਰਾਜ ਸੂਰਾਜ ਅਸੀਂ ਬਣਿਆ। ਗੁਰਪੁਰਬ ਸਮੇਂ ਖਾਲਸਾਈ ਦੇਗਾ ਕੜਾ ਪ੍ਰਸ਼ਾਦ ਦੀਆਂ ਸਜਾਉਣ ਦੀ ਖੁੱਲ ਹੋ ਗਈ। ਨਾ ਮਿਲਵਰਤਨ ਦੀ ਲਹਿਰ ਇੰਨੀ ਦੀ ਨਹੀਂ ਬੜੇ ਜੋਰਾਂ ਉੱਤੇ ਸੀ। ਕਾਂਗਰਸ ਦੇ ਕੈਦੀਆਂ ਨਾਲ ਜੇਲ੍ਹ ਭਰ ਗਿਆ। 2-300 ਦੇ ਕਰੀਬ ਕਾਂਗਰਸੀ ਅਤੇ ਅੰਦਰਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਬੜੇ ਨਾਮੀ ਗ੍ਰਾਮੀ ਲੀਡਰ ਵੀ ਇਸ ਜੇਲ੍ਹ ਅੰਦਰ ਆ ਗਏ। ਉਹ ਵਿਚਾਰੇ ਬਥੇਰੇ ਤਰਲੇ ਲੈਣ। ਕਿ ਚੰਗਾ ਖਾਣਾ-ਦਾਣਾ ਮਿਲੇ ਤੇ ਚੰਗਾ ਸਲੂਕ ਹੋਵੇ ਪਰ ਜੇਲ੍ਹ ਵਾਲੇ ਉਹਨਾਂ ਨੂੰ ਪੁੱਛਣੀ ਨਾ ਪਹਿਲੇ ਲੇੜੀਆਂ ਕੱਢਦੇ ਫਿਰਨ ਜਿਉਂ-ਜਿਉਂ ਲੇੜੀਆਂ ਕੱਢਣ ਤਿਉਂ ਤਿਉਂ ਜੇਲ੍ਹ ਵਾਲੇ ਹੋਰ ਕੜੜੇ ਹੁੰਦੇ ਜਾਣ ਜਿੰਨਾ ਬਾਹਰ ਚੰਗਾ ਚੋਖਾ ਖਾਦਾ ਤੇ ਬਰੈਸਟਰੀਆਂ ਕੌਂਸਲਾਂ ਦੀਆਂ ਮੈਂਬਰੀਆਂ ਕੀਤੀਆਂ ਹੁਣ ਭਲਾ ਉਹਨਾਂ ਤੋਂ ਰਾਗੀ ਸਰੋਂ ਵਰਗੇ ਕਾਲੇ ਰੰਗ ਦੇ ਦਾਣੇ ਹੁੰਦੇ ਹਨ ਜੋ ਮਦਰਾਸ ਵਿੱਚ ਗਰੀਬ ਜਾਤ ਵਾਲੇ ਖਾਸ ਵਰਤਦੇ ਹਨ ਅਤੇ ਕੱਚੇ ਭੁੰਨੇ ਚੌਲ ਕਿਵੇਂ ਖਾਦੇ ਜਾਣ ਕਈਆਂ ਦੀ ਤਾਂ ਖਾਲਸੇ ਨੇ ਸੰਭਾਲ ਪ੍ਰਤੀਪਾਲ ਕੀਤੀ ਉਹਨਾਂ ਵਿਚਾਰਿਆਂ ਨੂੰ ਜਦ ਨਿੰਬੂ ਉਚਾਰ ਜਖੰਡ ਦੀ ਲੋਡ ਪਏ ਤਾਂ ਇੱਕ ਹਮਦਰ ਡਾਕਟਰ ਵੈਂਕਟਰਾ ਰਮਨ ਜੋ ਕਿ ਹਸਪਤਾਲ ਦਾ ਇੰਚਾਰਜ ਸੀ ਪਾਸ ਪੁੱਜਣ ਤੇ ਉਸ ਤੋਂ ਥੋੜੀ ਮੰਗ ਕੇ ਲਿਆਉਣ ਉਸ ਨੇ ਕਈ ਵਾਰ ਕਾਂਗਰਸੀ ਲੀਡਰਾਂ ਨੂੰ ਆਖਿਆ ਮੈਂ ਜੋ ਕੁਝ ਵੀ ਮੇਰੇ ਇਖਤਿਆਰ ਹੈ ਦੇਈ ਜਾਵਾਂਗਾ ਪਰ ਮੈਨੂੰ ਤੁਹਾਡੇ ਤਰੀਕੇ ਚੰਗੇ ਨਹੀਂ ਲੱਗਦੇ ਪੰਜਾਬੀ ਸਿੱਖ ਪਹਿਲਾਂ ਗਿਣਤੀ ਦੇ 5 ਹੀ ਸਨ ਉਹਨਾਂ ਸਭ ਕੁਝ ਮਨਜ਼ੂਰ ਕਰਵਾ ਲਿਆ ਹੈ ਤੁਸੀਂ ਤਾਂ 5-600 ਦੀ ਗਿਣਤੀ ਵਿੱਚ ਹੋ ਬੜੀ ਸ਼ਰਮ ਦੀ ਗੱਲ ਹੈ ਕਿ ਇਤਨੇ ਇਲਮਦਾਰ ਹੋ ਕੇ ਤੁਸੀਂ ਭੋਰਾ ਭੋਰਾ ਚੀਜ਼ਾਂ ਵਾਸਤੇ ਲੀਡਿੰਗ ਕੱਢਦੇ ਫਿਰਦੇ ਹੋ ਇੱਕ ਜਨ ਹੋ ਕੇ ਜੋ ਚਾਹੋ ਮਨਾ ਸਕਦੇ ਹੋ ਤੁਹਾਡੇ ਵਿੱਚੋਂ ਹੀ ਇੱਕ ਦੋ ਮੁਸਲਮਾਨ ਨਾਮਿਲ ਵਰਤਨੀ ਕੈਦੀਆਂ ਨੇ ਪੰਜਾਬੀ ਖਾਣਾ ਤੇ ਕੱਪੜੇ ਤਿੰਨ ਤਿੰਨ ਚਾਰ ਚਾਰ ਦਿਨ ਹੀ ਭੁੱਖ ਹੜਤਾਲ ਕਰਕੇ ਲੈ ਲੈ ਹਨ ਪਰ ਤੁਸੀਂ ਸਭ ਕੁਝ ਦੇਖਦੇ ਸਮਝਦੇ ਹੋਏ ਵੀ ਮੋਰਚੇ ਲਾ ਕੇ ਹਮੇਸ਼ਾ ਦਾ ਟੈਂਟਾ ਕਿਉਂ ਨਹੀਂ ਮੁਕਾ ਦਿੰਦੇ ਉਹਨਾਂ ਵਿੱਚੋਂ ਆਪਣੇ ਵਲੰਟੀਅਰਾਂ ਦੀ ਕਮਜ਼ੋਰ ਦਿਲ ਨੂੰ ਦੱਸ ਕੇ ਕਿਹ ਲੀਡਰ ਬੋਲਿਆ ਕੀ ਕਰੀਏ ਸਾਡੇ ਨੌਜਵਾਨ ਸ਼ੁਕਰੇਤਾ 4 ਘੰਟੇ ਦੀ ਭੁੱਖ ਹੜਤਾਲ ਵੀ ਨਹੀਂ ਸਹਿ ਸਕਦੇ ਦਾ ਸੁਪਰਡੰਟ ਨੇ ਮੂਰਤੀ ਨਾਮੇ ਲੜਕੜੇ ਚ ਪੇੜ ਮਾਰੀ ਸੀ ਤਾਂ ਅਸੀਂ ਸਾਰਿਆਂ ਨੇ ਭੁੱਖ ਹੜਤਾਲ ਕਰ ਦਿੱਤੀ ਅਸੀਂ ਖਾਣਾ ਤਾਂ ਮੋੜ ਬੈਠੇ ਪਰ ਸਾਡੇ ਅੱਧੋਂ ਬਹੁਤੇ ਸਾਥੀਆਂ ਨੇ ਕੁਝ ਪੰਜਾਬੀਆਂ ਤੇ ਕੁਝ ਮਦਰਾਸੀ ਕੈਦੀਆਂ ਤੋਂ ਖਾਣਾ ਚੋਰੀ ਮੰਗਾ ਕੇ ਖਾ ਲਿਆ ਅਤੇ ਜੇਲਰ ਨੇ ਕਈਆਂ ਦੀਆਂ ਚੋਰੀ ਹਾਂਡੀਆਂ ਚੜ੍ਹੀਆਂ ਹੀ ਆ ਫੜੀਆਂ ਜੇਲਰ ਨੇ ਸਾਨੂੰ ਖਾਸ ਕਰਕੇ ਲੀਡਰਾਂ ਨੂੰ ਬੜਾ ਹੀ ਸ਼ਰਮਿੰਦਾ ਕੀਤਾ ਅਸੀਂ ਪੰਡਤ ਜਗਤਰਾਮ ਰਾਹੀਂ ਪੰਜਾਬੀ ਸਿੱਖਾਂ ਨੂੰ ਵੀ ਭੁੱਖ ਹੜਤਾਲ ਕਰਨ ਲਈ ਪ੍ਰੇਰਿਆ ਪਰ ਉਹਨਾਂ ਕਿਹਾ ਕਿ ਪਹਿਲਾਂ ਤੁਸੀਂ ਕਾਂਗਰਸੀ ਕੈਦੀ 5-6 ਦਿਨ ਹੜਤਾਲ ਰੱਖੋ ਤਾਂ ਅਸੀਂ ਸ਼ਾਮਲ ਹੋ ਜਾਵਾਂਗੇ ਸਾਥੀ ਉਹਨਾਂ ਇਹ ਪੁੱਛ ਕੀਤੀ ਸੀ ਕਿ ਸਾਡੇ ਵਿੱਚੋਂ ਮਹੀਨਿਆਂ ਵੱਧੀ ਭੁੱਖ ਹੜਤਾਲ 'ਚ ਕਿਹੜਾ ਕਿਹੜਾ ਸਾਥ ਦੇਣਗੇ ਤੇ 2-4 ਮਹੀਨੇ ਕਿੰਨੇ ਕ ਕੱਟਣਗੇ ਜਾਂ ਅਸਾਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਸਾਡੇ ਵਿੱਚੋਂ ਹਫ਼ਤਾ ਭਰ ਵੀ ਕੱਟਣ ਦੇ ਹਾਮੀ ਬਹੁਤ ਘੱਟ ਉਂਗਲੀਆਂ ਤੇ ਗਿਣਤੀ ਜੋਗੇ ਹੀ ਭਰ ਸਕਦੇ ਸਨ ਪਰ ਉਹਨਾਂ ਪੰਜਾਬੀਆਂ ਦੇ ਟਿੱਕਣਾਂ ਤੋਂ ਪਤਾ ਚੱਲਦਾ ਹੈ ਕਿ ਸਾਰੇ ਪੰਜਾਬੀ ਕੀ ਹਿੰਦੁਸਤਾਨੀ ਕਾਲੇ ਪਾਣੀ ਜੇਲ੍ਹਾਂ ਵਿੱਚ ਭੁੱਖ ਹੜਤਾਲਾਂ ਕਰ ਚੁੱਕੇ ਹਨ ਅਤੇ ਭੁੱਖ ਹੜਤਾਲਾਂ ਵੀ ਮਹੀਨਿਆਂ ਵੱਧੀ ਤੇ ਜਦ ਵੀ ਹਟੇ ਕਿਸੇ ਮੰਗ ਨੂੰ ਪੂਰਾ ਕਰਕੇ ਹੀ ਹਟੇ ਇਹ ਵੀ ਚੰਗਾ ਹੋਇਆ ਕਿ ਪੰਜਾਬੀ ਕੈਦੀਆਂ ਨੇ ਸਾਡੇ ਨਾਲ ਭੁੱਖ ਹੜਤਾਲ ਨਾ ਕੀਤੀ ਨਹੀਂ ਤਾਂ ਅਸੀਂ ਕਾਂਗਰਸੀ ਲੀਡਰਾਂ ਅੱਜ ਉਹਨਾਂ ਨੂੰ ਮੂੰਹ ਦਿਖਾਉਣ ਜੋਗੇ ਨਾ ਰਹਿੰਦੇ ਐਸ ਜੀਐਲ ਦਾ ਸੁਪਰਡੈਂਟ ਬੜਾ ਨੇਕ ਤੇ ਚਰਚ ਦੇ ਟਰਸਟੀਆਂ ਵਿੱਚੋਂ ਇੱਕ ਧਾਰਮਿਕ ਆਦਮੀ ਹੈ ਜਦ ਪੰਜਾਬੀਆਂ ਨੇ ਉਸ ਨੂੰ ਜਾ ਕੇ ਆਖਿਆ ਕਿ ਆਪਨੇ ਚਪੇੜ ਨਹੀਂ ਸੀ ਮਾਰਨੀ ਕਿਉਂਕਿ ਮੂਰਤੀ ਇੱਕ ਬੱਚਾ ਹੀ ਹੈ ਜੇ ਭਲਾਓ ਤੁਹਾਡੇ ਉਂਗਲ ਹਿਲਾ ਦਿੰਦਾ ਤਾਂ ਆਮ ਕੈਦੀਆਂ ਵਿੱਚ ਤੁਹਾਡੀ ਬੜੀ ਬੇਇੱਜ਼ਤੀ ਹੋ ਜਾਂਦੀ ਉਸ ਨੇ ਆਪਣੀ ਗਲਤੀ ਮੰਨ ਲਈ ਤੇ ਇੱਕ ਦੋ ਪੰਜਾਬੀ ਭਾਈਆਂ ਸਾਹਮਣੇ ਹੀ ਮੂਰਤੀ ਤੋਂ ਇੱਕ ਤਰ੍ਹਾਂ ਦੀ ਮਾਫੀ ਮੰਗ ਲਈ ਤੇ ਮਾਮਲਾ ਦੂਜੇ ਦਿਨ ਹੀ ਖਤਮ ਹੋ ਗਿਆ بڑے بڑے ਰੰਗ ਮੁਜ਼ਾਰੇ ਹੋਏ ਕੀ ਕੀ ਵਰਨੀਏ ਸਾਰੇ ਹਾਲ ਦੱਸੇ ਜਾਣ ਤਾਂ ਹਜ਼ਾਰਾਂ ਹੀ ਪੱਤਰ ਪਰ ਜਾਣ ਟਾਵੀਆਂ ਟਾਵੀਆਂ ਗੱਲਾਂ ਹੀ ਬਸ ਦੱਸਣੀਆਂ ਹਨ ਜੋ ਬਸ ਦੱਸਣ ਯੋਗ ਹਨ ਕਈ بڑے ਨਾਮਵਰ ਉੱਗੇ ਮਦਰਾਸੀਆ ਅਤੇ ਆਂਧਰਾ ਦੇਸ਼ ਦੇ ਆਗੂਆਂ ਸ਼ੰਭਾ ਮੂਰਤੀ ਸੀਤਾ ਰਾਮ ਸ਼ਾਸਤਰੀ ਡਾਕਟਰ ਸੁברוਮਣੀਅਮ ਬੈਂਕਟਾ ਪਾਇਆ ਕੁੰਡੂ ਰਾਮਰਾਉ ਆਦ ਦੇ ਮੇਲੇ ਹੋਏ ਜੇ ਸਾਡੀ ਉਮਰ ਕੈਦੇ ਹਾਲਾਤ ਸੁਣ ਸੁਣ ਤੇ ਸਾਡੇ ਹਿਸਟਰੀ ਟਿਕਟ ਦੇਖ ਦੇਖ ਕੇ ਹੀ ਠਠੰਬਰ ਜਾਣ ਅਤੇ ਉਹਨਾਂ ਦੇ ਲੂ ਕੰਡੇ ਖੜੇ ਹੋ ਜਾਣ ਕਈ ਵਿਦਵਾਨ ਗ੍ਰੈਜੂਏਟਾਂ ਨੇ ਸਾਡੇ ਹਿਸਟਰੀ ਟਿਕਟਾਂ ਦੀਆਂ ਹਰ ਫਰਫ ਨਕਲਾਂ ਉਤਾਰੀਆਂ ਤੇ ਜਾਂਦੇ ਹੋਏ ਆਪਣੇ ਨਾਲ ਹੀ ਲੈ ਗਏ ਸਾਨੂੰ ਉਹਨਾਂ ਸੱਜਣਾਂ ਦੇ ਨਾਮ ਵੀ ਉਦੋਂ ਜਾਣ ਸਨ ਪਰ ਹੁਣ ਭੁੱਲ ਗਏ ਇਹ 1922 ਸਾਲ ਦਾ ਜ਼ਿਕਰ ਹੈ ਸਾਨੂੰ ਬਾਹਰ ਪੰਜਾਬ ਦੀਆਂ ਪੰਥ ਖਬਰਾਂ ਵੀ ਖਾਸੀਆਂ ਮਿਲਣ ਲੱਗੀਆਂ ਆ ਸਾਡੀ ਮੁਲਾਕਾਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਹੋਏ ਜਥੇਦਾਰ ਭਾਈ ਤੇਜਾ ਸਿੰਘ ਜੀ ਚੂੜਕਾਣਾ ਤੇ ਇੱਕ ਗ੍ਰੈਜੂਏਟ ਨੌਜਵਾਨ ਭਾਈ ਅਮਰ ਸਿੰਘ ਬੋਲਾਨੀ ਦੋ ਸੱਜਣਾ ਚੰਚੇਤ ਹੀ ਆ ਗਏ। ਉਹਨਾਂ ਨੂੰ ਜੇਲ੍ਹ ਅਫਸਰਾਂ ਨੇ ਸਿੱਧਾ ਜੇਲ੍ਹ ਅੰਦਰ ਹੀ ਲਿਆਂਦਾ ਤੇ ਜੇਲ੍ਹ ਅੰਦਰ ਜੱਫੀਆਂ ਪਾਪਾ ਮੁਲਾਕਾਤਾਂ ਹੋਈਆਂ। ਬੜੀਆਂ ਖੁੱਲੀਆਂ ਤੇ ਰਜਮੀਆਂ ਮਨਪੌਂਦੀਆਂ ਮੁਲਾਕਾਤਾਂ ਅਫਸਰਾਂ ਨੇ ਕਰਵਾਈਆਂ। ਉਹਨਾਂ ਨੇ ਅੰਦਰ ਹੀ ਸਾਡੀ ਪੰਗਤ ਵਿੱਚ ਭੋਜਨ ਵਿੰਜਣ ਕੜਾ ਪ੍ਰਸ਼ਾਦ ਛਮਈਆਦਕ ਛਕੇ। ਜੇੜ ਘਰ ਵਿੱਚ ਪਰੌਣਿਆਂ ਦੀ ਸੋਹਣੀ ਪਰੌਣਚਾਰੀ ਹੋਈ। ਉਹਨਾਂ ਦੀ ਜ਼ੁਬਾਨੀ ਦੇਸ਼ ਪੰਜਾਬ ਅਤੇ ਖਾਲਸਾ ਪੰਥ ਦੀਆਂ ਚੜ੍ਹਦੀਆਂ ਕਲਾਂ ਵਾਲੇ ਸਮਾਚਾਰ ਸੁਣ ਸੁਣ ਕੇ ਸਾਨੂੰ ਗਾਜ-ਗਾਜ ਲਾਲੀਆਂ ਚੜ ਗਈਆਂ। ਜਥੇ ਤਾਂ ਅਜੇ ਪੰਥ ਔਜ ਮੌਜ ਦੇ ਨਸ਼ੇ ਵਿੱਚ ਪ੍ਰਤੀਤ ਹੁੰਦੇ ਸਨ ਕਿ ਉਹਨਾਂ ਦੇ ਮੂੰਹੋਂ ਸਾਰੀਆਂ ਗੱਲਾਂ ਦੱਸਣੀਆਂ ਹੀ ਦੁੱਬਰ ਸਨ ਕਿਉਂਕਿ ਜਦ ਅਸੀਂ ਪ੍ਰਸ਼ਨ ਕਰੀਏ ਤੇ ਨਾਨਾ ਭੰਤੀ ਪੰਥਕ ਹਾਲ ਪੁੱਛੀਏ ਬੱਸ ਉਹ ਬੋਤਾ ਇਹੋ ਆਖਣ ਕਿ ਕੀ ਪੁੱਛਣਾ ਹੈ ਪੇਖਿਆ ਹੀ ਪ੍ਰਮਾਣ ਹੈ ਤੁਸੀਂ ਖੁਦ ਬਾਹਰ ਆ ਕੇ ਦੇਖ ਲੈਣਾ ਤੁਸੀਂ ਅੱਜ ਛੁੱਟੇ ਕਿ ਕੱਲ ਛੁੱਟੇ ਮਸਾਂ ਤਰਦੀਆਂ ਤਰਦੀਆਂ ਗੱਲਾਂ ਦੀ ਹੀ ਪੁਛ ਕੀਤੀ ਪਰ ਸਾਨੂੰ ਤਾਂ ਪਤਾ ਸੀ ਕਿ ਸਾਨੂੰ ਹਲੇ ਕਿਨੂੰ ਛੱਡਣਾ ਹੈ ਨਾ ਕੋਈ ਛਡਾਏ ਨਾ ਛੁੱਟਿਏ ਸਾਡੇ ਵਿੱਚੋਂ ਟਾਵੇਂ ਹੀ ਛੁੱਟਣਗੇ ਇਹ ਸੱਜਣ ਕੁਝ ਧਾਰਮਿਕ ਪੁਸਤਕ ਵੀ ਦੇ ਗਏ ਤੇ ਕੁਝ ਮਾਇਆ ਦੇਣ ਵੀ ਆਖਣ ਲੱਗੇ ਕਿ ਜਮਾਂ ਕਰਾ ਜਾਈਏ ਅਸੀਂ ਆਖਿਆ ਇੱਥੇ ਕੋਈ ਥੋੜੋ ਥੋੜੀ ਹੈ ਤੁਸੀਂ ਆਪਣੀ ਅੱਖੀਂ ਦੇਖ ਚੱਲੇ ਹੋ ਖਾਲਸੇ ਦੀ ਜੇਲ੍ਹ ਜੰਗ ਅੰਦਰ ਤਲਵਾਰ ਪਾਈ ਹੋਈ ਹੈ ਇਸ ਵਿੱਚ ਖੂਬ ਮੁਲਾਕਾਤਾਂ ਦੀ ਡੰਝ ਲਹੀ ਜਾਂਦਾ ਜਾਂਦਾ ਜਾਣ ਲੱਗਿਆ ਦਾਸ ਨੇ ਭਾਈ ਤੇਜ ਸਿੰਘ ਨੂੰ ਆਖਿਆ ਕਿ ਤੁਸੀਂ ਜੇਲ੍ਹ ਅਫਸਰਾਂ પાસે ਫਾਰਸ਼ ਕਰੋ ਕਿ ਸਾਥੀ ਰਾਜਪੂਤ ਪ੍ਰੀਤਿ ਸਿੰਘ ਨੂੰ ਜੋ ਸਾਥੋਂ ਅਲੱਗ ਫਾਂਸੀ ਦੀ ਕੋਠੀ ਵਿੱਚ ਬੰਦ ਰੱਖਿਆ ਹੋਇਆ ਉਸ ਨੂੰ ਵੀ ਸਾਡੇ ਨਾਲ ਬੁਲਾ ਦੇਣ ਜੇਲ ਅਫਸਰ ਉਸ ਸਮੇਂ ਦੇ ਤਿੰਨੇ ਹੀ ਸਾਡੇ ਸਾਹਮਣੇ ਖੜੇ ਸਨ ਸੋ ਉਸੇ ਵਕਤ ਉਹਨਾਂ ਨੇ ਇਜ਼ਾਤ ਦੇ ਦਿੱਤੀ ਤੇ ਰਾਜਪੂਤ ਵੀਰ ਨੂੰ ਵੀ ਸਾਡੇ ਬਲੇ ਬਲਾਕ ਵਿੱਚ ਲਿਆਂਦਾ ਗਿਆ ਮੌਕਾ ਤੜਕੇ ਜੇਲ ਅਫਸਰਾਂ ਨੇ ਵੀ ਸਾਡੇ ਮੁਲਕਾਤੀਆਂ ਤੋਂ ਇਹ ਮੰਗ ਕੀਤੀ ਕਿ ਇਹਨਾਂ ਸਾਰੇ ਸੱਜਣਾਂ ਨੂੰ ਮਨਾਲ ਜਾਓ ਕਿ ਥੋੜਾ ਬਹੁਤ ਮਨਸ਼ਿੱਤ ਤੇ ਮਨਰੁਚਿਤ ਕੰਮ ਕਰਨ ਲਈ ਹੱਥਲਾ ਛੱਡਿਆ ਕਰਨ ਤਾਂ ਅਸੀਂ ਇਹਨਾਂ ਨੂੰ ਦਿਨ ਪਰ ਖੁੱਲਾ ਰੱਖਣ ਲਈ ਹਾਵੀ ਹੋ ਜਾਵਿਏ ਅਸੀਂ ਇਹਨਾਂ ਨੂੰ ਖੁੱਲੇ ਰੱਖਣ ਦਾ ਇੱਕ ਬਹਾਨਾ ਹੀ ਲੋੜਦੇ ਹਾਂ ਹੋਰ ਕੰਮਕੁਮ ਅਸੀਂ ਇਹਨਾਂ ਤੋਂ ਕੋਈ ਨਹੀਂ ਲੈਣਾ ਅੱਗੇ ਦਿਨ ਪਰ ਕੋਠੀਆਂ ਅੰਦਰ ਤਾੜੀ ਰੱਖਣਾ ਸਾਨੂੰ ਇਹਨਾਂ ਦਾ ਬੇਸ਼ੀਅਾਣਾ ਸਲੂਕ ਮਹਿਸੂਸ ਹੁੰਦਾ ਹੈ। ਸੋ ਜਥੇਦਾਰ ਦਾ ਹਮਾਂ ਰੱਖਣ ਲਈ ਅਸੀਂ ਇਹ ਗੱਲ ਮੰਨ ਲਈ ਤਾਂ ਕਾਰਖਾਨੇ ਵਿੱਚ ਬਾਹਰ ਕੰਮ ਕਰਨ ਲਈ ਥਾਂ-ਥਾਈ ਸਾਰੇ ਸਾਥੀਆਂ ਨੂੰ ਕੱਢ ਦਿੱਤਾ। ਦੋ ਜਣੇ ਤਾਂ ਅਸੀਂ ਅੱਗੇ ਲੰਗਰ ਵਿੱਚ ਰਹਿੰਦੇ ਹੀ ਸੀ। ਦੋ ਜਣੇ ਹੋਰ ਦਰਜੀ ਦਾ ਕੰਮ ਸਿੱਖਣ ਲਾ ਦਿੱਤੇ। ਦੋਨੂੰ ਹਸਪਤਾਲ ਬਿਮਾਰਾਂ ਦੀ ਸੇਵਾ ਕੰਪਾਉਂਡਰੀ ਆਦਿ ਕਰਨ ਭੇਜ ਦਿੱਤਾ। ਸੈਜ ਭਾਈ ਨੂੰ ਲੜਕਿਆਂ ਨੂੰ ਹਿੰਦੀ ਪੜ੍ਹਾਉਣ ਲਾ ਦਿੱਤਾ ਤੇ ਵੀਰਕਰਤਾਰ ਸਿੰਘ ਜੀ ਆਪਣੀ ਮੌਜ ਨਾਲ ਹੀ ਜਲਦ ਸਾਜੀ ਦਾ ਕੰਮ ਕਰਨ ਲੱਗ ਗਏ। ਐਸਬੇਦ ਸੋ ਖਸਾਨ ਸੇਤੀ ਬਤੀਤਣ ਲੱਗੀ ਸਾਡੇ ਇਸ਼ਨਾਨ ਕਰਨ ਹਿਤ ਵੱਖਰਾ ਹੀ ਸਰਬਲੋਹੀ ਪੰਪ ਲਗਵਾ ਦਿੱਤਾ ਗਿਆ ਜੋ ਸਾਡੇ ਹੱਥੇ ਅੰਦਰ ਹੀ ਸੀ ਪੰਪ ਦੇ ਥੱਲੇ ਬੈਠ ਕੇ ਇਸ਼ਨਾਨ ਕਰਨ ਤੇ ਕੱਪੜੇ ਧੋਣ ਵਾਸਤੇ ਸੀਮੈਂਟ ਦਾ ਫਰਸ਼ ਲਗਵਾ ਦਿੱਤਾ ਅਤੇ ਪੰਪ ਨੂੰ ਜਿੰਦਰਾ ਲਾ ਕੇ ਕੁੰਜੀ ਸਾਡੇ سپਰਦ ਕੀਤੀ ਗਈ ਤਾਂ ਕਿ ਕੋਈ اخਲਾਕੀ ਜਾਂ ਹੋਰ ਪੋਲਿਟਿਕਲ ਕੈਦੀ ਉਸ ਪੰਪ ਨੂੰ ਨਾ ਵਰਤੇ ਟਟੀਆਂ ਦੀ ਹਾਲਤ ਮੈਂ ਪਿੱਛੇ ਦੱਸ ਚੁੱਕਾ ਹਾਂ ਕਿ ਰਾਜਮੰਦਰੀ ਜੇਲ੍ਹ ਵਿੱਚ ਬਹੁਤ ਹੀ ਖਰਾਬ ਸੀ ਅੱਡ ਅੱਡ ਸਾਰੇ ਬਲਾਕਾਂ ਵਿੱਚ ਇੱਕ ਇੱਕ ਕਮਰਾ ਬਣਿਆ ਹੋਇਆ ਸੀ ਭਾਵੇਂ ਥੱਲੇੋਂ ਸੀਮੈਂਟ ਦਾ ਫਰਸ਼ ਸੀ ਪਰ ਉੱਥੇ ਬੇਸ਼ਰਮੀ ਨਾਲ ਬੈਠਣ ਦਾ ਤਰੀਕਾ ਵੀ ਪਿੱਛੇ ਦੱਸ ਆਏ ਹਾਂ ਸਾਡਾ ਇਹ ਮੋਰਚਾ ਤਾਂ ਪਹਿਲਾਂ ਹੀ ਸਰ ਹੋ ਗਿਆ ਸੀ ਤੇ ਜੇਲ੍ਹ ਵਾਲਿਆਂ ਨੇ ਸਾਡੇ ਬਲਾਕ ਵਿੱਚ ਤਾਂ ਪਰਦੇ ਦਾ ਟੱਟੀਆਂ ਬਣਵਾ ਹੀ ਦਿੱਤੀਆਂ ਸਨ ਸੱਜੇ ਸੱਜੇ ਇਸ ਤਜ਼ਵੀਜ਼ ਨੂੰ ਸਾਰੀ ਜੇਲ੍ਹ ਵਿੱਚ ਹੀ ਜਾਰੀ ਕਰ ਦਿੱਤਾ ਅਤੇ ਆਈਜੀ ਦੇ ਆਉਣ ਪਰ ਖਾਸ ਇਸ ਗੱਲ ਤੇ ਪੰਡਿਤ ਜਗਤਰਾਮ ਤੇ ਸਾਥੀਆਂ ਨੇ ਜ਼ੋਰ ਦਿੱਤਾ ਕਿ ਸਾਰੇ ਮਦਰਾਸ ਹਾਤੇ ਦੇ ਜੇਲਾ ਅੰਦਰ ਇਹੋ ਸਿਸਟਮ ਜਾਰੀ ਹੋ ਜਾਵੇ ਤੇ ਉਸ ਨੇ ਮੰਨ ਲਿਆ ਮਦਰਾਸ ਜ਼ਿਲ੍ਹੇਾਂ ਵਿੱਚ ਦਾਲ ਭਾਜੀ ਇਕੱਠੀ ਰਲਵੀਂ ਪਕਾ ਕੇ ਦਿੱਤੀ ਜਾਂਦੀ ਸੀ ਸਾਡੇ ਵਾਂਗੂ ਇੱਕ ਵਕਤ ਦਾਲ ਤੇ ਦੂਜੇ ਵੇਲੇ ਭਾਜੀ ਨਹੀਂ ਛਾੜਦੇ ਦੋਵੇਂ ਵਕਤ ਦਾਲ ਭਾਜੀ ਦਾ ਗੁਤਾਵਾ ਕਰ ਦਿੰਦੇ ਹਨ ਤੇ ਵਿੱਚ ਇਮਲੀ ਜ਼ਰੂਰ ਵਰਤੀ ਜਾਂਦੀ ਹੈ ਸਾਨੂੰ ਵੀ ਇਮਲੀ ਦੇਣ ਲੱਗੇ ਅਸੀਂ ਉਹ ਵਾਪਸ ਕਰ ਦਿੱਤੀ ਅਤੇ ਆਖਿਆ ਕਿ ਅਸੀਂ ਇਸ ਦੇ ਚਾਹਕ ਨਹੀਂ ਤਾਂ ਜਿਹੜਾ ਅਫਸਰਾਂ ਨੇ ਇਸ ਦੇ ਥਾਂ ਸਾਨੂੰ ਨਿੰਬੂ achar ਪਾਉਣ ਵਾਸਤੇ ਬਾਹਰ ਮੰਗਵਾ ਦਿੱਤੇ ਅੰਬਾਂ ਦੀ ਰਤਾਈ ਤਾਂ ਜੇਲ੍ਹ ਕਾਨੂੰਨ ਅਨੁਸਾਰ ਸੁਪਰਡੈਂਟ ਨੂੰ ਇਖਤਿਆਰ ਸੀ ਕਿ ਜੇਲ੍ਹ ਬਾਗ ਦੇ ਅੰਬਾਂ ਨੂੰ ਦਾਲ ਵਿੱਚ ਪਾ ਕੇ ਭਾਜੀ ਦੇ ਥਾਂ ਪਕਵਾ ਕੇ ਕੈਦੀਆਂ ਨੂੰ ਦੇ ਸਕਦਾ ਹੈ ਪਰ ਅਸੀਂ ਉਹ ਵੀ ਨਾ ਮਨਜ਼ੂਰ ਕੀਤਾ ਤਾਂ ਜੇਲ੍ਹ ਅਫਸਰਾਂ ਨੇ ਸਾਡੇ ਵਾਸਤੇ ਹਫ਼ਤੇ ਵਿੱਚ ਤਿੰਨ ਵਾਰ ਇੱਕ-ਇੱਕ ਅੰਬ ਪ੍ਰਤੀਜੀ ਬੰਬਈ ਦੇ ਅੰਬ ਮੰਗਵਾ ਕੇ ਦੇਣ ਦੀ ਮਨਜ਼ੂਰੀ ਦੇ ਦਿੱਤੀ ਜੋ ਕਿ ਇੱਕ-ਇੱਕ ਸੇਰ ਪੱਕੇ ਦਾ ਹੁੰਦਾ ਸੀ ਬੜੇ ਮਿੱਠ ਰਸ ਭਰੇ ਅੰਬ ਹੁੰਦੇ ਸਨ ਅਸੀਂ ਇਹਨਾਂ ਦੀਆਂ ਗੁੱਠਲੀਆਂ ਆਪੋ ਆਪਣੀਆਂ ਕੋਠੀਆਂ ਦੇ ਅੱਗੇ ਬੀਜ ਦਿੱਤੀਆਂ ਤੇ ਪਾਣੀ ਪਾਉਂਦੇ ਰਹੇ ਉਹ ਥੋੜੇ ਦਿਨਾਂ ਵਿੱਚ ਹੀ ਤੱਕੜੇ ਅੰਬ ਦੇ ਬਰਸ਼ ਬਣ ਗਏ ਅੰਬਾਂ ਦੇ ਦਰਖਤ ਹੁਣ ਤਾਂ ਹੀ ਉਸ ਜੇਲ੍ਹ ਵਿੱਚ ਸਾਡੀ ਯਾਦਗਾਰ ਖੜੀ ਹੈ ਤੇ ਫਲ ਦਿੰਦੇ ਹਨ ਪਪੀਤਾ ਫਲ ਵੀ ਉੱਥੇ ਬਹੁਤ ਪਹੁੰਚਿਆ ਗੱਲ ਕਿ ਸਾਡਾ ਰਾਜਮੰਦਰੀ ਜੇਲ੍ਹ ਅੰਦਰ ਸੁराज ਸੁराज ਹੀ ਬਣਿਆ ਰਿਹਾ ਸਾਰੀ ਜੇਲ੍ਹ ਦੇ ਅਫਸਰ ਸਾਥੋਂ ਖੁਸ਼ ਰਹੇ ਤੇ ਉਹਨਾਂ ਵੀ ਸਾਨੂੰ ਸੁਖੀ ਹੀ ਰੱਖਿਆ ਕੋਈ ਗੜਬੜ ਨਹੀਂ ਕੀਤੀ ਨਾ ਹੀ ਉਹਨਾਂ ਕੋਈ ਗੜਬੜ ਕਰਨ ਦਾ ਸਾਨੂੰ ਮੌਕਾ ਦਿੱਤਾ ਸਲੂਕ ਜੋਸ਼ਾ ਰੱਖਦੇ ਸਨ ਬਸ ਉੱਥੇ ਹੀ ਇੱਕ ਓਖਾਈ ਸੀ ਉੱਥੇ ਗਰਮੀ ਬਹੁਤ ਸੀ ਰਾਤਾਂ ਨੂੰ ਕੋਠੀਆਂ ਵਿੱਚ ਤੜੇ ਰਹਿਣਾ ਪੈਂਦਾ ਸੀ ਦਸੰਬਰ ਜਨਵਰੀ ਦੇ ਮਹੀਨੇ ਵੀ ਮਸਾਂ ਇੱਕ ਕੰਬੜ ਦਾ ਪਾਲਾ ਹੁੰਦਾ ਸੀ ਪਰ ਹਵਾ ਪਾਣੀ ਉਥੋਂ ਦਾ ਸਾਡੇ ਮਾਫਕਾ ਗਿਆ 10 ਦਾ ਵਜਨ ਤੋਲ 120 ਤੋਂ 160 ਪਾਉਂਡ ਇੱਕ ਸਾਲ ਅੰਦਰ ਹੀ ਹੋ ਗਿਆ ਤੇ ਸਰੀਰ ਵੀ ਰੈਸਟ ਪਾਸਟ ਹੋ ਗਿਆ ਲੰਗਰ ਸਜਾਉਂਦੇ ਖਾਸੀ ਕਸਰਤ ਵੀ ਹੋ ਜਾਂਦੀ ਦੂਰੋਂ ਸਰਬ ਲੋ ਦੇ ਡੋਲ ਪਾਣੀ ਦੇ ਭਰ ਭਰ ਆਪਣੇ ਲੰਗਰ ਵਿੱਚ ਢੋਣੇ ਪੈਂਦੇ ਸਨ ਸਵੇਰ ਤੋਂ 12 ਵਜੇ ਤਾਈਂ ਲੰਗਰ ਸਜਾਉਣ ਦੀ ਕਾਲ ਹੀ ਕਾਲ ਦੇ ਰਹਿਣਾ ਅਜੇ ਵਰਤਨਾ ਨੂੰ ਸੋਧਾ ਚਾੜਨ ਦੀ ਸੇਵਾ ਮੱਲੋ ਮੱਲੀ ਖੋਕੇ ਦੂਜੇ ਸੱਜਣਾ ਨੇ ਲੈ ਲੈਣੀ ਡੋਲ ਦੇ ਕਿਨਾਰਿਆਂ ਨੂੰ ਤਾਂ ਖਾਪੜ ਖੇੜੀ ਨਿਹੰਗ ਗੰਡਾ ਸਿੰਘ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ ਸੀ ਉਸ ਨੂੰ ਐਸੇ ਪ੍ਰੇਮ ਨਾਲ ਸੋਧਾ ਚਾੜਨਾ ਕਿ ਹਮੇਸ਼ਾ ਡੋਲ ਤੇ ਕੜਾਈਆਂ ਚੰਦ ਦੀ ਵਾਂਗ ਉੱਚਿਲਕਦੇ ਰਹਾ ਕਰਨ। ਬਾਕੀ ਬਾਂਸਣਾਂ ਦੀ ਮਾਂਜਣ ਸੇਵਾ ਸਾਰਿਆਂ ਰਲ ਮਿਲ ਕੇ ਕਰ ਲੈਣੀ। ਇਸ ਤਰ੍ਹਾਂ ਸੁਧਾਈ ਤੇ ਸ਼ਖਸ਼ਕਾਈ ਕਰਕੇ ਮਸਾਂ 1:00 ਵਜੇ ਤਾਈਂ ਵੇਲ ਹੁੰਦੀ। ਬਸ ਫਿਰ ਅਗਲੀ ਸਵੇਰ ਤਾਈਂ ਛੁੱਟੀ ਹੋ ਜਾਂਦੀ। ਕਿਉਂਕਿ ਅਸੀਂ ਲੰਗਰ ਅਠ ਪਹਿਰਾ ਹੀ ਸਜਾਇਆ ਕਰਦੇ ਸੀ। ਆਥਣ ਨੂੰ ਵੀ ਪ੍ਰਸਾਦ ਦੇ ਦੁਪਹਿਰ ਵਾਲੇ ਮਿੱਠੇ ਕਰਕੇ ਛਕਣੇ ਜੋ ਸੱਚਮੁੱਚ ਬੜੇ ਮਿੱਠੇ ਲੱਗਣੇ। ਇਸੇ ਕਰਕੇ ਖਾਲਸਾਈ ਬੋਲੀ ਅੰਦਰ ਬਿਹੇ ਪ੍ਰਸ਼ਾਦਿਆਂ ਦਾ ਨਾਮ ਮਿੱਠੇ ਪ੍ਰਸਾਦ ਦੇ ਪ੍ਰਸਿੱਧ ਹੈ। ਵੇਲੇ ਸਮੇਂ ਵਿੱਚ ਦਾਸ ਨੇ ਗੁਰਮਤ ਸਬੰਧੀ ਅਣਕ ਪ੍ਰਕਾਰ ਦੀਆਂ ਵਿਸ਼ਿਆਂ ਉੱਤੇ ਪੁਸਤਕਾਂ ਲਿਖਣੀਆਂ ਪ ਦਾਸੂਨ ਇਥੇ ਲਿਖਣ ਪੜਨ ਦਾ ਪੂਰਾ ਸਮਾਨ ਸਰਕਾਰੀ ਤੌਰ ਤੇ ਮਿਲ ਗਿਆ ਹੋਇਆ ਸੀ ਇਥੋਂ ਹੀ ਗਿਆਨੀ ਨਾਰ ਸਿੰਘ ਪ੍ਰਤੀ ਅਪਟਾਬਾਦ ਤੇ ਹੋਰ ਜੀਵਨ ਸਮਾਚਾਰ ਤੇ ਜ਼ਿਲਾਂ ਦੇ ਵਰਤਾਂਤ ਵੱਖ-ਵੱਖ ਪੰਤੀਆਂ ਰਾਹੀਂ ਲਿਖ ਕੇ ਪਠਾਏ ਗੁਰਮਤਿ ਵਿਵੇਕ ਦਾ ਖਰੜਾ ਇਸ ਜੇਲ੍ਹ ਵਿੱਚ ਹੀ ਤਿਆਰ ਕੀਤਾ ਉਸ ਦਾ ਸ਼ੁੱਧੋਤਾਰਾ ਕਰਨ ਹੀ ਲੱਗੇ ਸਾਂ ਕਿਤੇ ਨੂੰ ਚਾਲਿਆਂ ਦੇ ਬਿਗਲ ਵੱਜ ਗਏ ਅਚਨ ਚੇਤ ਹੀ ਤਿਆਰੇ ਹੋਗੇ